जस टीवी देख रहे हो तुसी, मैं केपी सिंह टू द पॉइंट विद ਤੁਹਾਡਾ ਸਭ ਦਾ ਸਵਾਗਤ ਕਰਦਾ। ਨਵਜੋਤ ਸਿੰਘ ਸਿੱਧੂ ਨੇ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਕੌਣ ਕੈਪਟਨ, ਉਸ ਤੋਂ ਬਾਅਦ ਬੜੇ ਸਵਾਲ ਉੱਠੇ ਸੀਗੇ। ਹੁਣ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ਤੇ ਕਿਹਾ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ। ਗ੍ਰਹਿ ਮੰਤਰੀ ਸੂਬੇ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਕੋਲ ਗ੍ਰਹਿ ਮੰਤਰਾਲਾ, ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਕਹਿ ਲਓ, ਅਸਿੱਧੇ ਤੌਰ ਤੇ ਕਹਿ ਲਓ, ਲਗਾਤਾਰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਸ਼ਬਦੀ ਹਮਲੇ ਜਾਰੀ ਹੈ। ਇਹ ਸਭ ਦੇ ਵਿਚਾਲੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੀ ਕੁੱਤ ਪੈਂਦੇ ਆ, ਉਹ ਨਵਜੋਤ ਸਿੰਘ ਸਿੱਧੂ ਨੂੰ ਘੇਰਾ ਪਾ ਲੈਂਦੇ ਆ। ਉਹਨਾਂ ਦੇ ਆਪਣੇ ਸਵਾਲ ਹੈ, ਉਹਨਾਂ ਨੇ ਕਿਹਾ ਕਿ ਜਦੋਂ ਕੈਬਨਿਟ 'ਚ ਹੁੰਦੇ ਸੀ, ਬੈਠੇ ਹੁੰਦੇ ਸੀ, ਉਦੋਂ ਕੀ ਕਰਦੇ ਸੀਗੇ। ਬਹੁਤ ਸਾਰੇ ਸਵਾਲ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣਾ ਚਾਹੀਦਾ, ਨਹੀਂ ਬੋਲਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਦੇ ਐਕਸ਼ਨ ਕੀ ਕਹਿ ਰਹੇ ਆ, ਇਹ ਵੀ ਆਪਣੇ ਆਪ ਹੀ ਸਵਾਲ ਹੈਗੇ ਆ। ਅਤੇ ਅਸੀਂ ਸਵਾਲ ਇੱਕੋ ਹੀ ਪੁੱਛਣਾ, ਕਾਂਗਰਸ 'ਚ ਅਸਲ ਕਲੇਸ਼ ਹੈ ਕੀ? ਸਵਾਲ ਤੁਹਾਨੂੰ ਦੱਸਦੀ ਹੈ ਅਤੇ ਉਸ ਤੋਂ ਬਾਅਦ ਅਸੀਂ ਡਿਬੇਟ ਸ਼ੁਰੂ ਕਰਾਂਗੇ। ਸਵਾਲ ਇਹ ਹੈ ਕਿ ਬੇਅਦਬੀ ਕਾਂਡ 'ਤੇ ਕਾਂਗਰਸ 'ਚ ਪਏ ਕਲੇਸ਼ ਪਿੱਛੇ ਅਸਲ ਮਕਸਦ ਕੀ ਹੈ, ਕਿਉਂਕਿ ਬੇਅਦਬੀ ਕਾਂਡ 'ਤੇ ਇਹ ਸਾਰਾ ਕੁਛ ਹੋ ਰਿਹਾ ਅਤੇ ਅਸਲ ਮਕਸਦ ਹੈ ਕੀ ਹੈ, ਉਸ 'ਤੇ ਕੋਸ਼ਿਸ਼ ਕਰਾਂਗੇ ਅਸੀਂ ਡਿਬੇਟ ਦੇ ਵਿੱਚ ਸਮਝ ਸਕੀਏ। ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੈ, ਤਾਰਫ ਕਰਾ ਰਿਹਾ ਅਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ। ਪ੍ਰੋਫੈਸਰ ਪੀ ਐੱਸ ਭੋਗਲ, ਪੋਲੀਟੀਕਲ ਐਨਲਿਸਟ ਨੇ, ਜੀਐਨਯੂ ਦੇ ਪਾਸ ਆਊਟ ਹੈ ਅਤੇ ਲੰਬਾ ਤਜਰਬਾ ਇਹਨਾਂ ਦਾ, ਬੜੇ ਵਿਦਿਆਰਥੀਆਂ ਨੇ ਤਿਆਰ ਕੀਤੇ ਆ ਰਾਜਨੀਤੀ ਸ਼ਾਸਤਰ ਦੇ। ਭੋਗਲ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ। ਪ੍ਰਿਤਪਾਲ ਸਿੰਘ ਬਲੀਵਾਲ, ਇਹ ਕਾਂਗਰਸ ਦੇ ਯੂਥ ਆਗੂ ਨੇ, ਬਲੀਵਾਲ ਜੀ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਜੀਤ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਹੈ, ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰੀਤ ਸਿੰਘ ਬਣਾਵਾਲੀ, ਆਮ ਆਦਮੀ ਪਾਰਟੀ ਦੇ ਯੂਥ ਆਗੂ ਹੈ, ਬਣਾਵਾਲੀ ਜੀ ਤੁਹਾਡਾ ਬਹੁਤ ਸਵਾਗਤ ਹੈ। ਸਾਰੇ ਮਾਣਾਂ ਦਾ ਬੜਾ ਸਵਾਗਤ ਕਰਦੇ ਹਾਂ ਅਸੀਂ। ਅਤੇ ਸਭ ਤੋਂ ਪਹਿਲਾਂ ਸਵਾਲ ਬਲੀਵਾਲ ਜੀ, ਜ਼ਾਹਰ ਹੈ ਤੁਹਾਡੇ ਕੋਲ ਆਊਗਾ। ਬਲੀਵਾਲ ਜੀ, ਅੱਜ ਸਰ ਦੱਸ ਦਿਓ, ਅਸਲ ਮਕਸਦ ਹੈ ਕੀ ਹੈ ਸਰ ਇਸ ਕਲੇਸ਼ ਦਾ, ਕਿਉਂਕਿ ਬੇਅਦਬੀ ਕਾਂਡ 'ਤੇ ਤਾਂ ਤੁਸੀਂ ਕੁਛ ਕਰਨਾ ਨਹੀਂ ਸਰ। ਬਲੀਵਾਲ ਜੀ, ਸਵਾਲ ਤੁਹਾਡੇ 'ਤੇ ਆ ਰਹੇ ਸਾਰੇ। ਦੇਖੋ ਕੇਪੀ ਜੀ, ਜਦੋਂ ਕੋਈ ਗੱਲ ਹੁੰਦੀ ਹੈ ਤੇ ਅੱਜ ਦੀ ਡੇਟ ਜਿਹੜਾ ਬੇਅਦਬੀ ਦਾ ਮਾਮਲਾ ਹੈ ਤੇ ਗੋਲੀਕਾਂਡ ਦਾ ਮਾਮਲਾ ਹੈ ਤੇ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਦਾ ਮਾਮਲਾ ਹੈ, ਇਹ ਹੌਟ ਟੌਪਿਕਸ ਨੇ। ਇਹ ਹੌਟ ਟੌਪਿਕ ਤੇ ਰਾਜਨੀਤੀ ਸਾਰੇ ਲੋਕ ਕਰਨ ਲੱਗੇ ਹੋਏ ਆ। ਨੋ ਡਾਊਟ ਕੁਝ ਇੱਕ ਟਿੱਪਣੀ ਆਈ ਹੈਗੀ ਆ ਹਾਈ ਕੋਰਟ ਦੀ, ਜਿਹੜਾ ਹਜੇ ਰਿਟਨ ਆਰਡਰ ਪੈਂਡਿੰਗ ਆ। ਤੇ ਜਦੋਂ ਹੁਣ ਉਹਦੇ ਤੇ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਲੈ ਲਈਏ, ਕਿਉਂਕਿ ਇੱਕ ਬੇਸਿਕਲੀ ਸੀਗਾ ਕਿ ਜਦੋਂ 2015 ਦੇ ਵਿੱਚ ਇਹ ਕਾਂਡ ਹੋਇਆ ਵਾ, ਗੁਰੂ ਸਾਹਿਬ ਦੀ ਬੇਅਦਬੀ ਵਾਲਾ ਕੋਟਕਪੂਰਾ ਗੋਲੀਕਾਂਡ, ਉਦੋਂ ਤੋਂ ਹੀ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਭਾਵਨਾ ਸੀ, ਸਿੱਖਾਂ ਨੂੰ ਛੱਡ ਕੇ ਪੰਜਾਬੀ ਤੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਸਾਰੇ ਲੋਕ ਪੂਰੇ ਦੁਨੀਆਂ ਦੀ ਜਗਤ ਦੇ ਵਿੱਚ, ਕਿ ਇਸ ਚੀਜ਼ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਤੇ ਜਲਦ ਤੋਂ ਜਲਦ ਅੰਦਰ ਕਰਨਾ ਚਾਹੀਦਾ। ਸਵਾਲ ਸਿੱਧਾ ਕਰ ਦੇਣਾ ਸਰ, ਆਪਾਂ ਗੋਲ ਗੋਲ ਘੁੰਮੀ ਜਾਵਾਂਗੇ। ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕਰਨਾ ਜਾਂ ਨਵਜੋਤ ਸਿੰਘ ਸਿੱਧੂ ਨੇ ਸੀਐਮ ਬਣਨਾ ਤੇ ਰਵਨੀਤ ਬਿੱਟੂ ਨੇ ਵੀ ਬਣਨਾ, ਤੇ ਦੋਨਾਂ ਦਾ ਨਿਸ਼ਾਨਾ ਇੱਕੋ ਹੀ ਆ? ਇਸ ਵੇਲੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਅਗਵਾਈ ਸਰਕਾਰ ਚੱਲਦੀ ਪਈ ਹੈ। ਗੱਲ ਕਰ ਰਹੇ ਆ ਬਲੀਵਾਲ ਜੀ, ਮੈਂ ਫਿਊਚਰ ਸੀਐਮ, ਫਿਊਚਰ ਦਾ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈਗਾ। ਆਪਣਾ ਕੇਪੀ ਜੀ, ਫਿਊਚਰ ਦੇ ਵਿੱਚ ਜੋ ਹੋਊਗਾ ਕਾਂਗਰਸ ਪਾਰਟੀ ਦੇ ਵਿੱਚ, ਉਹ ਹਾਈ ਕਮਾਂਡ ਸਾਡੀ ਡਿਸਾਈਡ ਕਰਦੀ ਹੈ। ਹਾਈ ਕਮਾਂਡ ਕੋਲ ਪਾਵਰ ਹੈ, ਉਹ ਜੇ ਲੇਖਾਂ ਦੇ ਵਿੱਚ ਰਵਨੀਤ ਬਿੱਟੂ ਦੇ ਹੋਏ ਤਾਂ ਰਵਨੀਤ ਬਿੱਟੂ ਬਣ ਜਾਣਗੇ, ਜੇ ਲੇਖਾਂ 'ਚ ਨਵਜੋਤ ਸਿੰਘ ਸਿੱਧੂ ਦੇ ਹੋਈ ਉਹ ਬਣ ਜਾਣਗੇ, ਜਾਂ ਕਿਸੇ ਹੋਰ ਦੇ ਹੋਈ ਤਾਂ ਉਹ ਬਣ ਜਾਣਗੇ। ਉਹ ਆਪਾਂ ਅੰਗੇ ਫਿਊਚਰ ਦੀ ਗੱਲ ਕਰ ਨਹੀਂ ਪਾਵਾਂਗੇ, ਬਟ ਅੱਜ ਦੀ ਡੇਟ ਸਾਡੇ ਸਵਾਲ ਕਰਨਾ ਸਰ, ਪੰਜਾਬ ਦੇ ਲੇਖਾਂ ਵਿੱਚ ਭਵਿੱਖ 'ਚ ਕਾਂਗਰਸ ਹੈਗੀ ਹੈ? ਬਿਲਕੁਲ, ਮੇਰੀ ਬੇਨਤੀ ਹੈ, ਜੇ ਜਿਸ ਹਿਸਾਬ ਨਾਲ ਕੰਮ ਕਰ ਰਹੀ ਹੈ ਪੰਜਾਬ ਕਾਂਗਰਸ, ਉਸ ਦੇ ਹਿਸਾਬ ਨਾਲ ਅਗਲੀ ਸਰਕਾਰ ਪੰਜਾਬ ਕਾਂਗਰਸ ਦੀ ਬਣੂਗੀ ਪੰਜਾਬ ਦੇ ਵਿੱਚ। ਤੇ ਜਿਵੇਂ ਮੈਂ ਫਿਰ ਬਾਰ ਬਾਰ ਕਹਿ ਰਿਹਾ, ਲੇਖਾਂ ਦੇ ਵਿੱਚ ਜਿਹਦੇ ਲਿਖੀ ਹੋਈ ਹੈ ਸਾਡੇ ਸੀਨੀਅਰ ਲੀਡਰ ਨੇ, ਚਾਹੇ ਉਹ ਰਵਨੀਤ ਸਿੰਘ ਬਿੱਟੂ ਨੇ, ਚਾਹੇ ਨਵਜੋਤ ਸਿੰਘ ਸਿੱਧੂ ਹੈ, ਚਾਹੇ ਚੌਧਰੀ ਸੁਨੀਲ ਕੁਮਾਰ ਜਾਖੜ ਜੇ, ਬਾਕੀ ਲੋਕ ਨੇ, ਉਹ ਸਾਰੇ ਸੀਨੀਅਰ ਨੇ ਤੇ ਆਉਣ ਵਾਲਾ ਫਿਊਚਰ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਸਾਡੇ ਮੁੱਖ ਮੰਤਰੀ ਨੇ, ਅੱਗੇ ਜਾ ਕੇ ਚੇਂਜਸ ਆਉਂਦੀਆਂ ਹੁੰਦੀਆਂ ਨੇ, ਉਹ ਫਿਊਚਰ ਦੇ ਵਿੱਚ ਕੀ ਹੋਊਗਾ ਉਹ ਫਿਊਚਰ ਦੇ ਗਰਭ 'ਚ ਰਹਿਣ ਦੀ ਹੈ, ਕਿਉਂਕਿ ਹਜੇ ਨਿਕਲ ਕੇ ਆਪਾਂ ਨੂੰ ਲੜਕੀ ਉਹ 'ਚ ਕੋਈ ਨਹੀਂ ਮਿਲਣਾ। ਤੁਸੀਂ ਸਿੱਧੂ ਬਿੱਟੂ ਦੇ ਨਾਲ ਨਾਲ ਸੁਨੀਲ ਜਾਖੜ ਦਾ ਨਾਮ ਵੀ ਜੋੜਤਾ, ਨਾਲ ਸਰ ਫਿਰ ਪ੍ਰਤਾਪ ਬਾਜਵਾ ਦਾ ਵੀ ਜੋੜ ਲਓ। ਮੈਂ ਕਿਹਾ ਜੀ, ਸਾਰੇ ਸਾਡੀ ਸੈਕੰਡ ਲਾਈਨ ਲੀਡਰਸ਼ਿਪ ਉਹੀ ਹੈਗੀ ਆ, ਪ੍ਰਤਾਪ ਬਾਜਵਾ, ਹੋਰ ਲੋਕ ਨੇ ਜਿੰਨੇ ਵੀ ਹੈ, ਕਾਬਲ ਲੋਕ ਨੇ, ਮਨੀਸ਼ ਤਿਵਾੜੀ ਨੇ, ਹੋਰ ਲੋਕ ਨੇ, ਜੋ ਸਾਡੇ ਕਾਬਲ ਪੋਲੀਟੀਸ਼ੀਅਨ ਨੇ, ਸੋ ਸਾਰੇ ਹੋ ਸਕਦੇ ਆ, ਕੋਈ ਵੀ ਹੋ ਸਕਦਾ ਉਸ ਦੇ ਵਿੱਚ। ਆਪਾਂ ਕਿਵੇਂ ਕਹਿ ਦਾਂਗੇ ਕਿ ਆਉਣ ਵਾਲਾ ਸੀਐਮ ਕੌਣ ਹੋਊਗਾ? ਸੋ ਲੈਟ ਦ ਪੀਪਲ ਡਿਸਾਈਡ ਐਂਡ ਲੈਟ ਦ ਪਾਰਟੀ ਡਿਸਾਈਡ ਫਾਰ ਦਿਸ। ਭੋਗਲ ਸਾਹਿਬ, ਮੈਂ ਸਰ ਤੁਹਾਡੇ ਤੋਂ ਟੇਕ ਲੈ ਲਵਾਂ, ਕਾਂਗਰਸ ਲਈ ਸਰ ਬੜਾ ਔਖਾ ਇਸ ਡਿਬੇਟ ਵਿੱਚ ਸ਼ਾਮਲ ਹੋਣਾ ਵੀ, ਆਪਦੇ ਲੀਡਰ ਜੋ ਸਵਾਲ ਪੁੱਛਦੇ ਹੋਣ ਸਰ, ਬਹੁਤ ਔਖਾ ਹੁੰਦਾ ਇਹਨਾਂ ਲਈ, ਇਹ ਜਵਾਬ ਹੀ ਨਹੀਂ ਦੇ ਸਕਦੇ, ਹਾਲਾਂਕਿ ਇਹਨਾਂ ਦੇ ਕੋਲ ਜਵਾਬ ਹੈਗਾ ਪਰ ਦੇ ਨਹੀਂ ਪਾ ਰਹੇ। ਭੋਗਲ ਸਾਹਿਬ, ਤੁਹਾਡੇ ਕੋਲ ਜਵਾਬ ਹੈਗਾ, ਅਸਲ ਸਰ ਟਾਰਗੇਟ ਕੀ ਹੈਗਾ? ਜੇ ਬੇਅਦਬੀ ਕਾਂਡ ਨੂੰ ਇਹਨਾਂ ਨੇ ਸੁਲਝਾਉਣਾ ਹੁੰਦਾ ਸਰ,
ਤੇ ਹੋਰ ਤਰ੍ਹਾਂ ਰਿਐਕਟ ਕਰਦੇ ਪਰ ਜਿਸ ਤਰੀਕੇ ਨਾਲ ਰਿਐਕਟ ਕਰਦੇ ਪਿਆ ਐ ਲੱਗਦਾ ਪਿਆ ਕਿ ਟਾਰਗੇਟ ਇੱਕੋ ਹੀ ਆ ਬਸ ਕੁਰਸੀ ਚਾਹੀਦੀ ਸਾਨੂੰ ਕੁਰਸੀ ਦੇ ਦਿਓ ਫਟਾਫਟ ਕੋਈ ਦੋ ਰਾਏ ਨਹੀਂ ਕੇਪੀ ਜੀ ਇਸ ਦੇ ਮਾਮਲੇ ਦੇ ਵਿੱਚ ਕਿ ਸਾਰੇ ਇਸ਼ੂ ਤੇ ਐਡੇ ਵੱਡੇ ਸੈਂਸਿਟਿਵ ਇਸ਼ੂ ਦੇ ਉੱਤੇ ਰਾਜਨੀਤੀ ਹਾਵੀ ਹੈ ਕਾਂਗਰਸ ਦੀ ਪਾਰਟੀ ਦੀ ਆਪਣੀ ਅੰਦਰੂਨੀ ਰਾਜਨੀਤੀ ਵੀ ਹਾਵੀ ਹੈ ਬੜੀ ਦੇਰ ਤੋਂ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਇੱਕ ਲੇਟੈਂਟ ਖਿੱਚੋਤਾਣੀ ਜੀ ਚੱਲਦੀ ਰਹੀ ਹੈ ਨਵਜੋਤ ਸਿੰਘ ਸਿੱਧੂ ਦੀਆਂ ਨਾਰਾਜ਼ਗੀਆਂ ਕਦੇ ਉਹਨਾਂ ਦਾ ਲੰਚ ਤੇ ਮਿਲਣ ਜਾਣਾ ਹਰੀਸ਼ ਰਾਵਤ ਨੇ ਜੋ ਰੋਲ ਪਲੇ ਕੀਤਾ ਇਸ ਸਾਰੇ ਦੇ ਵਿੱਚ ਥੋੜ੍ਹਾ ਬਹੁਤ ਰਾਬਤਾ ਮੇਰਾ ਹਰੀਸ਼ ਰਾਵਤ ਉਹਨਾਂ ਨਾਲ ਵੀ ਹੈ ਬਹੁਤ ਲਿਮਿਟਿਡ ਜਿਹਾ ਮੈਂ ਨਹੀਂ ਕਹਿੰਦਾ ਮੈਨੂੰ ਬਹੁਤ ਸਾਰਾ ਇਨਸਾਈਡ ਇਨਫੋਰਮੇਸ਼ਨ ਹੈ ਤੋ ਬਲੀਏਵਾਲ ਜੀ ਨੇ ਕਿਹਾ ਕਿ ਸਾਡੀ ਆਪਣੀ ਪਾਰਟੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹ ਫੈਸਲਾ ਕਰਦੀ ਹੈ ਇਸ ਵੇਲੇ ਸਥਿਤੀ ਇਹ ਹੋਈ ਹੋਈ ਹੈ ਕਿ ਕਾਂਗਰਸ ਦੀ ਆਪਣੀ ਸੈਂਟਰਲ ਲੀਡਰਸ਼ਿਪ ਜਿਹੜੀ ਹੈਗੀ ਹੈ ਸ਼ਾਇਦ ਪੰਜਾਬ ਦੇ ਵਿੱਚ ਉਹਨਾਂ ਦੀ ਓਨੀ ਨਹੀਂ ਸੁਣਵਾਈ ਹੋ ਰਹੀ ਉਹ ਕੁਛ ਚਾਹੁੰਦੇ ਹੈ ਕੁਛ ਚੇਂਜਸ ਲਿਆਉਣਾ ਚਾਹੁੰਦੇ ਹੈ ਜਿਹੜੀ ਕਿ ਲੋਕਲ ਲੀਡਰਸ਼ਿਪ ਜਿਹੜੀ ਹੈਗੀ ਹੈ ਉਹਨੂੰ ਰਿਜਿਸਟ ਕਰ ਰਹੀ ਹੈ ਇਹ ਵੀ ਨਜ਼ਰ ਵੀ ਆ ਰਿਹਾ ਬਾਹਰ ਕਿਉਂਕਿ ਬਾਰ ਬਾਰ ਹਰੀਸ਼ ਰਾਵਤ ਜਿਹੜੇ ਹੈਗੇ ਉਹ ਦਿੱਲੀ ਤੋਂ ਆਪਣੇ ਦੇਹਰਾਦੂਨ ਤੋਂ ਹੈਲੀਕਾਪਟਰ ਲੈ ਕੇ ਆਉਂਦੇ ਹੈ ਆ ਕੇ ਕੋਸ਼ਿਸ਼ ਕਰਦੇ ਹੈ ਰੂਸੀਆਂ ਧਿਰਾਂ ਨੂੰ ਮਨਾਉਣ ਦੀ ਲੇਕਿਨ ਫਿਰ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਜਿਹਨੂੰ ਅਸੀਂ ਕਹਿੰਦੇ ਉਹ ਸਾਰਾ ਕੁਛ ਚੱਲ ਰਿਹਾ ਤੋ ਜ਼ਾਹਿਰ ਹੈ ਇੰਟਰਨਲ ਸਟਰਗਲ ਜਿਹੜੀ ਹੈਗੀ ਉਹ ਚੱਲ ਰਹੀ ਹੈ ਸਕਸੈਸ਼ਨ ਹੈ ਅਗਲੇ ਮੁੱਖ ਮੰਤਰੀ ਦੇ ਦਾਅਵੇਦਾਰ ਦਾ ਮਸਲਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਠੀਕ ਠੀਕ ਇਹਦੇ ਬਾਰੇ ਕੋਈ ਦੋਰਾ ਨਹੀਂ ਤੁਸੀਂ ਮਿਸਟਰ ਰਾਵਤ ਦਾ ਜ਼ਿਕਰ ਕਰ ਲਿਆ ਸਰ ਮੈਂ ਮੰਨ ਕੇ ਚੱਲਾਂ ਕਿ ਮਿਸ਼ਨ ਹਰੀਸ਼ ਰਾਵਤ ਫੇਲ ਹੋ ਗਿਆ ਮਿਸ਼ਨ ਹਰੀਸ਼ ਰਾਵਤ ਮੈਂ ਫੇਲ ਹੋ ਗਿਆ ਤਾਂ ਨਹੀਂ ਕਹਿੰਦਾ ਮੈਂ ਇਹ ਕਹੂੰਗਾ ਕਿ ਹਜੇ ਕਾਮਯਾਬ ਨਹੀਂ ਹੋਇਆ ਹੀ ਇਜ਼ ਸਟਿਲ ਔਨ ਬਹੁਤ ਹੀ ਸਿਆਣੇ ਬਹੁਤ ਹੀ ਮੈਚੋਰ ਉਹ ਲੀਡਰ ਨੇ ਔਰ ਬੜੇ ਠੰਡੇ ਸੁਭਾਅ ਦੇ ਨੇ ਔਰ ਬੜੇ ਤਰੀਕੇ ਨਾਲ ਉਹ ਚੱਲ ਰਹੇ ਆ ਹੀ ਸਟਿਲ ਟ੍ਰਾਇੰਗ ਸੋ ਮੈਂ ਹਜੇ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਦਿੰਦਾ ਇਹ ਨਹੀਂ ਕਹਿੰਦਾ ਕਿ ਉਹ ਫੇਲ ਹੋ ਗਿਆ ਕਾਮਯਾਬ ਜ਼ਰੂਰ ਨਹੀਂ ਹੋਇਆ ਸਰ ਅੰਮ੍ਰਿਤਸਰ ਤੋਂ ਪੋਲਿਟਿਕਸ ਪਟਿਆਲੇ ਸ਼ਿਫਟ ਹੋ ਰਹੀ ਹੈ ਸਰ ਤਾਂ ਮੈਂ ਸਵਾਲ ਕਰ ਰਿਹਾ ਭੋਗਲ ਸਾਹਿਬ ਹਾਂਜੀ ਹਾਂਜੀ ਇਹ ਜਿਹੜਾ ਇਹ ਜੋ ਜਿਹੜੀ ਸਕਸੈਸ਼ਨ ਦੀ ਜਿਹੜੀ ਜਿਹੜੀ ਚੱਲ ਰਹੀ ਹੈ ਲੜਾਈ ਉਹ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਪਤਾ ਹੈਗਾ ਕਿ ਇਹ ਪਟਿਆਲੇ ਜਾ ਕੇ ਲੜਨੀ ਪੈਣੀ ਹੈ ਫਰੰਟ ਖੋਲ੍ਹਣਾ ਪੈਣਾ ਹੁਣ ਬਹੁਤੀ ਦੇਰ ਚੁੱਪ ਨਹੀਂ ਰਿਹਾ ਜਾ ਸਕਦਾ ਕਿਉਂਕਿ ਪਹਿਲਾਂ ਬਹੁਤ ਕੁਛ ਕਿਆਸਰਾਈਆਂ ਲੱਗਦੀਆਂ ਨੇ ਕਿ ਸਿੱਧੂ ਕਾਂਗਰਸ ਛੱਡ ਜਾਣਗੇ ਇੱਕ ਕਾਂਗਰਸ ਦੇ ਘੜੇ ਦੇ ਵਿੱਚੋਂ ਵੀ ਇਹ ਖਬਰਾਂ ਨਿਕਲਦੀਆਂ ਨੇ ਕਿ ਸਿੱਧੂ ਆਮ ਆਦਮੀ ਪਾਰਟੀ ਜਾ ਰਹੇ ਆ ਜਾਂ ਨਵੀਂ ਪਾਰਟੀ ਬਣਾ ਰਹੇ ਆ ਕਦੇ ਇਹ ਕਿਹਾ ਗਿਆ ਢੀਂਡਸਾ ਨਾਲ ਜੁਆਇਨ ਕਰ ਰਹੇ ਆ ਤੇ ਹੁਣ ਸਿੱਧੂ ਨੇ ਵੀ ਮੇਰਾ ਖਿਆਲ ਹੈ ਸਿੱਧੂ ਦੇ ਜਿਹੜੇ ਜੋਤਸ਼ੀ ਹੈ ਜਿਹਨਾਂ ਦੇ ਉਹ ਬਹੁਤ ਜ਼ਿਆਦਾ ਸਲਾਹ ਮੰਨਦੇ ਆ ਉਹਨਾਂ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਫਰੰਟ ਖੋਲ੍ਹਦੇ ਹੁਣ ਤੂੰ ਹੁਣ ਬੋਲ ਸੋ ਹੀ ਹੈ ਸਟਾਰਟਡ ਸਪੀਕਿੰਗ ਤੋ ਚੰਗੀ ਗੱਲ ਹੈ ਕਾਂਗਰਸ ਦੇ ਵਿੱਚ ਜਿਹੜੀ ਅੰਦਰੂਨੀ ਹਿਲਜੁਲ ਹੋਣੀ ਲੋੜ ਹੈ ਕਾਂਗਰਸ ਦੇ ਵਿੱਚ ਕਾਫੀ ਔਰ ਉਹ ਹੋ ਰਹੀ ਹੋਣੀ ਸ਼ੁਰੂ ਹੋਈ ਹੈ ਹੁਣ ਤੁਹਾਡੇ ਜੋਸ਼ੀ ਵਾਲੇ ਕਮੈਂਟ ਤੇ ਸਰ ਬਲੀਏਵਾਲ ਜੀ ਹੱਸਦੇ ਪਏ ਆ ਬਣਾਵਾਲੀ ਜੀ ਬਣਾਵਾਲੀ ਜੀ ਇਹ ਮੈਂ ਅਕਾਲੀ ਦਲ ਕੋਲੇ ਬਾਅਦ ਜਾਊਂਗਾ ਬਣਾਵਾਲੀ ਜੀ ਤੁਹਾਨੂੰ ਇਹ ਸਾਰਾ ਐਪੀਸੋਡ ਕੀ ਲੱਗਦਾ ਪਿਆ ਤੁਹਾਨੂੰ ਐਪੀਸੋਡ ਦੇ ਵਿੱਚ ਇਹ ਲੱਗਦਾ ਪਿਆ ਕਿ ਆਮ ਆਦਮੀ ਪਾਰਟੀ ਨੂੰ ਕੁਛ ਗੇਨ ਹੋ ਸਕਦਾ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਜਾਂ ਆਮ ਆਦਮੀ ਪਾਰਟੀ ਨੂੰ ਸਮਝ ਆ ਗਿਆ ਕਿ ਨਵਜੋਤ ਸਿੰਘ ਸਿੱਧੂ ਦੀ ਜਿੰਨੇ ਅਸੀਂ ਹਮਾਇਤ ਕਰਦੇ ਹਾਂ ਸਿੱਧੂ ਸਾਹਿਬ ਉਹਨਾਂ ਹੀ ਹਾਵੀ ਹੋ ਜਾਂਦੇ ਆ ਕੇਪੀ ਜੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ ਆ ਤੇ ਜਾਂ ਜਿਹੜਾ ਗੋਲੀ ਕਾਂਡ ਹੋਇਆ ਗਾ ਇਹਦੇ ਨਾਲ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਮੇਰੇ ਤੋਂ ਪਹਿਲਾਂ ਜਿਵੇਂ ਬਲੀਵਾਲ ਸਾਹਿਬ ਨੇ ਵੀ ਕਿਹਾ ਮੈਂ ਕਹਿਣਾ ਚਾਹੁੰਦਾ ਕਿ ਜੇ ਸਿੱਧੂ ਸਾਹਿਬ ਸੰਸੀਅਰ ਨੇ ਉਹਨਾਂ ਨੂੰ ਕਾਂਗਰਸ ਛੱਡ ਕੇ ਬਾਹਰ ਆਉਣਾ ਚਾਹੀਦਾ ਜਦੋਂ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਜਦੋਂ ਉਹ ਸਰਕਾਰ ਦਾ ਹਿੱਸਾ ਹੋ ਕੇ ਉਹ ਵੀ ਬਰਾਬਰ ਦੇ ਭਾਗੀਦਾਰ ਨੇ ਜਦੋਂ ਸਰਕਾਰ ਦੇ ਵਿੱਚ ਬੈਠੇ ਨੇ ਸਰਕਾਰ ਦੇ MLA ਨੇ ਉਹਨਾਂ ਨੂੰ ਸਾਈਡ ਤੇ ਹੋ ਕੇ ਜੇ ਇਸ ਇਸ਼ੂ ਦੇ ਉੱਤੇ ਵਾਕਈ ਉਹ ਸੰਵੇਦਨਸ਼ੀਲ ਆ ਤਾਂ ਉਹਨਾਂ ਨੂੰ ਬਾਹਰ ਆ ਕੇ ਸਾਰੀ ਗੱਲ ਬਾਹਰ ਆ ਕੇ ਲੜਾਈ ਲੜਨੀ ਚਾਹੀਦੀ ਨਾ ਕਿ ਅੰਦਰੂਨੀ ਵਿੱਚ ਰਹਿ ਕੇ ਕਦੇ ਸੁਲਾਹ ਕਰ ਲਓ ਕਦੇ ਸਫਾਈ ਕਰ ਲਓ ਕਦੇ ਅੱਗੇ ਚਲੇ ਜਾਓ ਕਦੇ ਬਾਹਰ ਆ ਕੇ ਕਿੱਥੇ ਲੜਨਾ ਬਣਾਵਾਲੀ ਜੀ ਬਾਹਰ ਆ ਕੇ ਕਿੱਥੇ ਲੜਨਾ ਦੱਸੋ ਨਾ ਜਗ੍ਹਾ ਦੱਸੋ ਉਹਨਾਂ ਮਤਲਬ ਕਿ ਜਿਹੜੀ ਸਰਕਾਰ ਦਾ ਹਿੱਸਾ ਨੇ ਜੀ ਉਹ ਤਾਂ ਰਿਜ਼ਾਈਨ ਕਰਨ ਜਦੋਂ ਉਹਦੇ ਵਿੱਚ ਬੈਠੇ ਨੇ ਉਸਦੇ MLA ਬਣੇ ਬੈਠੇ ਨੇ ਉਸੇ ਸਰਕਾਰ ਦਾ ਇੱਕ ਹਿੱਸਾ ਨੇ ਤੇ ਕ੍ਰਿਟਿਸਿਜ਼ਮ ਕਰ ਰਹੇ ਨੇ ਤੇ ਜੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਾਂ ਉਹਨਾਂ ਦੀ ਹਾਈ ਕਮਾਂਡ ਸੁਣ ਨਹੀਂ ਰਹੀ ਕੇਪੀ ਜੀ ਤਾਂ ਉਹਨਾਂ ਨੂੰ ਪਾਰਟੀ ਛੱਡ ਕੇ ਲੋਕਾਂ ਦੇ ਵਿੱਚ ਆ ਕੇ ਇਸ਼ੂ ਦੇ ਉੱਤੇ ਲੋਕਾਂ ਨੂੰ ਮੂਵਮੈਂਟ ਨੂੰ ਮਾਸ ਨੂੰ ਇਕੱਠਾ ਕਰਨਾ ਚਾਹੀਦਾ ਆਪਣੀ ਗੱਲ ਰੱਖਣੀ ਚਾਹੀਦੀ ਆ ਸਾਈਕਲ ਲਈ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਦੇ ਸਿੱਧੂ ਦਾ ਮਾਮਲਾ ਨਹੀਂ ਬਿੱਟੂ ਜੀ ਨੂੰ ਇਹ ਲੱਗਦਾ ਕਿ ਅਗਲਾ ਨੰਬਰ ਮੇਰਾ ਗਾ ਕਿਉਂਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਹਿਤਾ ਸੀ ਕਿ ਮੇਰੀ ਲਾਸਟ ਚੋਣ ਆ ਇਸ ਤੋਂ ਪਹਿਲਾਂ ਬਾਦਲ ਸਾਹਿਬ ਨੇ ਵੀ ਬੜੀ ਵਾਰੀ ਕਿਹਾ ਲਾਸਟ ਚੋਣ ਆ ਤੇ ਇਹਨਾਂ ਨੂੰ ਲੱਗਦਾ ਸੀ ਕਿ ਹੁਣ ਸਾਡੀ ਵਾਰੀ ਆ ਹੁਣ ਬਿੱਟੂ ਨੂੰ ਲੱਗਦਾ ਮੇਰੀ ਕੁਰਸੀ ਖਿਸਕਦੀ ਆ ਉਹ ਦਬਾਦਬ ਸਟੇਟਮੈਂਟ ਦਿੰਦੇ ਆ ਬਾਜਵਾ ਜੀ ਨੂੰ ਲੱਗਦਾ ਮੇਰੀ ਵਾਰੀ ਜਾ ਰਹੀ ਆ ਇੱਕ ਪਾਸੇ ਦੁੱਲੋ ਜੀ ਲੱਗੇ ਹੋਏ ਆ ਜਾਖੜ ਜੀ ਨੂੰ ਗੁਰਦਾਸਪੁਰ ਜਾ ਕੇ ਕਹਿਤਾ ਸੀ ਕਿ ਚੰਗੇ CM ਆਉਣਗੇ ਉਹਨਾਂ ਨੂੰ ਲੱਗਦਾ ਕਿ ਮੇਰੀ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਕੁਰਸੀ ਦੀ ਲੜਾਈ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਬੇਅਦਬੀ ਹੋਈ ਆ ਜਾਂ ਗੋਲੀਕਾਂਡ ਚੱਲਿਆ ਉਹਨਾਂ ਦੇ ਮੁਰਜਮਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਆ ਜਾਂ ਇਨਸਾਫ਼ ਦੀ ਗੱਲ ਨਹੀਂ ਹੋ ਰਹੀ ਅੱਜ ਕੁਰਸੀ ਦੀ ਲੜਾਈ ਕਾਂਗਰਸ ਦੇ ਅੰਦਰੂਨੀ ਲੜਾਈ ਲੜ ਕੇ ਆਪਣੇ ਆਪ ਨੂੰ ਲੋਕਾਂ ਵਿੱਚ ਬਿਹਤਰ ਸਾਬਤ ਕਰਨ ਦੀ ਗੱਲ ਚੱਲ ਰਹੀ ਹੈ ਠੀਕ ਹੈ ਇੱਕ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਕੀ ਹੈ ਸਾਰਾ ਕੁਝ ਕੁਰਸੀ ਦਾ ਮਸਲਾ ਹੀ ਹੈ ਬੇਅਦਬੀ ਦੇ ਮੁੱਦੇ ਤੇ ਨਵਜੋਤ ਸਿੱਧੂ ਪਹਿਲੀ ਵਾਰ ਤਾਂ ਨਹੀਂ ਬੋਲੇ ਇਸ ਤੋਂ ਪਹਿਲਾਂ ਵੀ
हुण 2022 दे विच जिस तरीके नाल इन्नी प्रभावशाली तरीके नाल बोलते पए आ, की रवनीत बिट्टू नूं लगता है कि आने वाले समय दे विच ओह वी चेहरा हो सकते हैं जां रवनीत बिट्टू कैप्टन अमरिंदर सिंह नूं बैक करदे पए? बहुत सारे सवाल है, वापस आ रहे हैं। बीएसबी कांड ते कांग्रेस पए कलेश पिछे असल मकसद की है? अर्शदीप क्लेयर, मैं अक्सर यह सवाल करता पाया कि अजकल तुसी बाहरों बैठ के ये सारा मैच देखते पे हो, मसला सारा तुहाडा ते लड़ रही पी है कांग्रेस, तुहानू की लगता सर असल टारगेट है की है? क्योंकि सवाल ए जी ते चुके जा रहे हैं, नवजोत सिद्धू ने ए जी वाले सवाल नू होर तरीके नाल पेश किया। क्लेयर साहब, नहीं मैं तो यह गल कहूंगा जी के केपी जी, पहली गल तो मसला साडा नहीं, मसला इन्हों का आपदा ही है, मसला इन्हों का इंटरनल है, क्योंकि राजनीति ये करते बेअदबी के आड़ दे विच सियासत ये करते, इन्हों के बंब इन्हों के आपके घर के फट गया, तो हुण भजण नूं सारे देख रहे हैं भी किधर नूं भज लिया। और नवजोत सिद्धू साहब की एक खासियत है कि यह हर वारी एक नवा पैंतड़ा बदल के राज करना चाहते हैं। पहला मैं पूछना चाहना कि 2015 के विच जिहड़ियां मंदभागियां घटनावां होईयां सी, उस तो बाद इन्होंने की किया 17 तक इन्हों की वाइफ ने पूरा राजभाग हटाया, चीफ पार्लीमेंट सैकटरी से, कैबिनेट रैंक से, उस तो बाद फिर यह पासा पलटते हैं, नवी पारी खेडन किसी होर पासा लभते हैं। हुण 4.5 साल तो लगातार कांग्रेस के विच ने, मेरा सवाल है कि बेअदबियां के मुद्दे से कितन परसनल इंट्रस्ट लिया, कितन जाके सुप्रीम कोर्ट गए, कितन बरगाड़ी गुरद्वारा साहब गए, कितन उत्थे दे लोगों नूं मिले? नहीं, हुण क्योंकि 4.5 साल लंघ गए, पता है कांग्रेस बुरे तरीके नॉन परफॉर्मेंस से घिर गई है, लोगों के विच पंजाब दे विच रोस है, वह कांग्रेस की एंटी इनकंबेंसी नूं ला के हुण कोई नवे कंबल की तलाश च ने कि कोई नवा कंबल पा के लोगों के विच जावां। पर मैनूं लगता है राजनीति बहुली देर चलनी नहीं, हुण कोई मूँह ला के राजी नहीं हैगा, क्योंकि नवजोत सिद्धू साहब वो करैक्टर ने जदों किसी पार्टी चो निकलते हैं तो पार्टी शुक्र मनाउंदी है कि चंगा होया गया, क्योंकि नॉन परफॉर्मर ने काम कोई नहीं करते, इन्ना लंबा समा राजनीति की है, मैंबर पार्लीमेंट रहे ने अमृतसर के, की किया अमृतसर वास्ते, लोकल बॉडी कोई छोटा महकमा नहीं हुंदा, जिन्नी देर भी मंत्री रहे की किया, MLA दे तौर ते की किया, अपने अपने कहण लिए कुछ नहीं हैगा, सिर्फ लोगों से उंगला चक के सियासत करते हैं, सो पल्ले कुछ नहीं पैना उन्होंने, जिथे भी जाना जिथे भी रहना आही हालातों के विच रहना है, आप कुछ करना नहीं, दूजे ते उंगल चकनी। सर क्लेयर साहब, तुसीं भुल जाने हो तुहाडी पार्टी है, तुसीं सहयोगी रहे हो, वह तो सर कहिंदे सिद्धू सुखबीर की यारी तो वोटां लई तैयारी, सर उदों दा स्टार कंपेनर बना बना जांदे तुसीं सारे, तुसीं क्लेयर साहब पल्ले तां कुछ है नहीं सी उहनां दे उदों हैगा सी? मैं फिर दोबारा कह रहा जी कि वह बीजेपी ने देखना सी किनू स्टार कंपेनर बनाउणा है नहीं बनाउणा, पर नवजोत सिद्धू साहब, सर तुसी सर तुसी परचे छपाउंदे रहे हो, क्लेयर साहब भुल जाने हो, तुसी तुसी परचे छपाउंदे रहे हो, पंजाब लिए कीता तुसी परचे छपाउंदे रहे हो सर सिद्धू ते सुखबीर बादल उहनां दे, मैं की कह रहा हूं केपी जी, मैं कहा तुसी परचे छपाउंदे रहे हो सिद्धू ते सुखबीर बादल दे इकट्ठे जा रहे हो कंपेन करन लई? ਅਸੀਂ ਕਦੇ ਬੀਜੇਪੀ ਆਪਦੇ ਡਿਸੀਜਨ ਆਪ ਲੈਂਦੀ ਸੀ ਜੀ, ਸਾਡੇ ਆਪਦੇ ਪਾਰਟੀ ਡਿਸੀਜਨ ਸੀ, ਇਹ ਪਾਰਟੀ ਲੈਵਲ ਦੇ ਡਿਸੀਜਨ ਹੁੰਦੇ ਆ ਸਟਾਰ ਪ੍ਰਚਾਰਕ, ਸੋ ਇਹ ਆਪੋ ਆਪਣੀ ਪਾਰਟੀਆਂ ਦੇ ਹੁੰਦੇ ਨੇ। ਠੀਕ ਹੈ ਬਲੀਵਾਲ ਜੀ, ਸਿੱਧੂ ਸਾਹਿਬ ਤਾਂ ਨਕਾਰਾ ਜੀ, ਕੁਛ ਨਹੀਂ ਕਰਦੇ, ਨਾ ਉਹਨਾਂ ਨੇ ਆਪਦਾ ਮਹਿਕਮਾ ਸਾਂਭਿਆ, ਨੌਨ ਪਰਫਾਰਮਰ ਨੇ ਦੂਜਿਆਂ 'ਤੇ ਉਂਗਲ ਚੱਕ ਕੇ ਅੱਗੇ ਆਉਂਦੇ ਆ, ਕਾਂਗਰਸ ਇਸ ਮੁੱਦੇ 'ਤੇ ਡਿਫੈਂਡ ਕਰੂਗੀ ਉਹਨੂੰ ਕਿ ਨਹੀਂ ਕਰਨਾ? ਬਲੀਵਾਲ ਜੀ, ਸਿੱਧੂ ਸਾਹਿਬ ਨੂੰ ਮੈਂ ਤਾਂ ਇੱਕ ਗੱਲ ਕਹਿ ਰਿਹਾ, ਕਲੇਰ ਸਾਹਿਬ ਦੀ ਪਾਰਟੀ 'ਚੋਂ ਲੰਮਾ ਸਮਾਂ ਰਹੇ ਨੇ, ਮਤਲਬ ਸਹਿਯੋਗੀ ਪਾਰਟੀ ਦੇ ਵਿੱਚ, ਅਗਰ ਇੰਨੇ ਨਕੰਮੇ ਸੀ ਤਾਂ 3 ਵਾਰ MP ਕਿਉਂ ਜਿਤਾਇਆ ਉਹਨਾਂ ਨੂੰ? ਸੋ MLA ਵੀ ਉੱਥੋਂ ਹੀ ਬਣੇ ਅੰਮ੍ਰਿਤਸਰ ਦੀ ਧਰਤੀ ਤੋਂ, ਅਤੇ ਸਭ ਤੋਂ ਵੱਡੀ ਉਹਨਾਂ ਦੀ ਪ੍ਰਾਪਤੀ ਹੈ ਜਿਹੜਾ ਕਰਤਾਰਪੁਰ ਕੋਰੀਡੋਰ, ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ KP ਜੀ। ਅਤੇ ਉਸ ਵੇਲੇ ਬੀਬਾ ਹਰਸਿਮਰਤ ਬਾਦਲ ਵੀ ਅਪੋਜ ਕਰਦੀ ਸੀ ਕਿ ਇਮਰਾਨ ਨਾਲ ਜੱਫੀ ਪਾ ਕੇ ਸਿੱਧੂ ਸਾਹਿਬ ਨੇ ਪਤਾ ਨਹੀਂ ਕਿੱਡਾ ਵੱਡਾ ਗੁਨਾਹ ਕਰ ਲਿਆ। ਸੋ ਮੇਰੀ ਬੇਨਤੀ ਇਹੀ ਹੈ ਕਿ ਸਿੱਧੂ ਸਾਹਿਬ ਇੱਕ ਸਟਰਕਚਰ ਹੈਗਾ ਜਿਹਨੂੰ ਲੋਕ ਪਸੰਦ ਕਰਦੇ ਨੇ, ਪੰਜਾਬ ਦੇ ਲੋਕ ਪਸੰਦ ਵੀ ਕਰਦੇ ਆ, ਕਾਂਗਰਸ ਪਾਰਟੀ ਦੇ ਇਸ ਵੇਲੇ MLA ਨੇ, ਤੇ ਹੁਣ ਬਨਾਵਾਲੀ ਸਾਹਿਬ ਕਹਿੰਦੇ ਸਰਕਾਰ ਤੋਂ ਬਾਹਰ ਹੋ ਜਾਣਾ ਚਾਹੀਦਾ ਸਿੱਧੂ ਸਾਹਿਬ ਨੂੰ, MLA ਆ ਤੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਨੇ, ਪੰਜਾਬ ਦੀ ਅਸੈਂਬਲੀ 'ਚ ਤੁਹਾਡੇ ਵੀ 13-14 ਹੈਗੇ ਨੇ, ਜੇ ਇੰਨੇ ਜ਼ਿਆਦਾ ਦਰਦ ਹੈ ਤਾਂ ਉਹਨਾਂ ਨੂੰ ਕੋਈ ਬਾਹਰ ਹੋ ਜਾਣ। ਸੋ ਗੱਲਾਂ ਉਹ ਨਹੀਂ ਹੁੰਦੀਆਂ, ਸਰਕਾਰ ਦੇ ਅੱਗੇ ਬਥੇਰੀਆਂ ਚੁਣੌਤੀਆਂ ਨੇ, ਇਸ ਵੇਲੇ ਲੜਾਈ ਸਾਡੀ ਕੋਵਿਡ ਨਾਲ ਚੱਲਦੀ ਪਈ ਹੈ, ਰਾਜਨੀਤੀ ਹੋ ਰਹੀ ਹੈ, ਕੋਵਰ ਵਿਜੇ ਪ੍ਰਤਾਪ ਕਿਉਂਕਿ ਸਟੇਟਮੈਂਟਸ ਦੇ ਗਏ, ਇੱਕ ਹਾਈ ਕੋਰਟ ਦਾ ਫੈਸਲਾ ਜਿਹੜਾ ਪੈਂਡਿੰਗ ਆ, ਉੱਤੇ ਸਾਰੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ, ਬਟ ਮੈਨੂੰ ਉਮੀਦ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਉਮੀਦ ਹੈ ਜਿਹੜੀ ਕਾਂਗਰਸ ਪਾਰਟੀ ਦਾ ਇਕੱਲਾ ਇਕੱਲਾ ਵਰਕਰ
ਉਹ ਆਪਦੀ ਭਾਵਨਾ ਕੈਪਟਨ ਅਮਰਿੰਦਰ ਸਿੰਘ ਕੋਲ ਤੇ ਪਾਰਟੀ ਲੈਵਲ ਦੇ ਉੱਪਰ ਪਹੁੰਚਾ ਚੁੱਕਿਆ ਕਿ ਜਿਹੜਾ ਇਹ ਇਸ਼ੂ ਹੈ ਬੜਾ ਸੰਵੇਦਨਸ਼ੀਲ ਹੈ, ਚਾਹੇ ਸਾਡੇ ਮੰਤਰੀ ਨੇ ਉਹ ਵੀ ਇਹ ਕਹਿ ਚੁੱਕਿਆ ਕਿ ਸਾਨੂੰ ਬੇਅਦਬੀ ਮਾਮਲੇ ਦੇ ਇਨਸਾਫ ਦਵਾਉਣਾ ਪੈਣਾ ਵਾ, ਕੋਟਕਪੁਰਾ ਗੋਲੀਕਾਂਡ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਅੰਦਰ ਕਰਨਾ ਪੈਣਾ ਵਾ, ਤੇ ਉਹ ਦੋਸ਼ੀ ਕਾਫੀ ਹੱਦ ਤੱਕ ਬੇਨਕਾਬ ਹੋ ਚੁੱਕਿਆ ਜਨਤਾ ਦੀ ਕਚਹਿਰੀ ਚ, ਚਾਹੇ ਉਹ ਰਿਪੋਰਟਾਂ ਜਨਤਕ ਕਰਨ ਦੀ ਗੱਲ ਕਰੀਏ ਚਾਹੇ ਬਾਕੀ ਚੀਜ਼ਾਂ ਗੱਲ ਕਰੀਏ। ਸੋ ਉਹਨਾਂ ਦੇ ਉੱਪਰੋਂ ਪਤਲਾ ਚੱਕਿਆ ਗਿਆ, ਹੁਣ ਤਾਂ ਸਿਰਫ ਸਜ਼ਾ ਪੈਂਡਿੰਗ ਹੈ ਤੇ ਸਜ਼ਾ ਮੈਨੂੰ ਉਮੀਦ ਹੈ ਕਿ ਜਿਹੜਾ ਸਾਡਾ ਲਾਅ ਆਫ ਦੀ ਲੈਂਡ ਹੈ ਉਹ ਜਲਦ ਉਹ ਦੋਸ਼ੀਆਂ ਨੂੰ ਸਜ਼ਾ ਦਊਗਾ। ਕੇਪੀ ਦੀ ਨਵੀਂ SIT ਬਣਾਉਣ ਲੱਗਿਓ, ਦੇਖੋ ਨਵੀਂ SIT ਦਾ ਮੈਂ ਹਜੇ, ਕਿਉਂਕਿ ਜਦ ਤੱਕ ਫੈਸਲਾ ਹੈ ਸਰਕਾਰ ਨੇ ਕਰਨਾ, ਕੈਪਟਨ ਅਮਰਿੰਦਰ ਸਿੰਘ ਦਾ ਪ੍ਰੋਰੋਗੇਟਿਵ ਹੈ ਤੇ ਜੇ ਉਹ ਸਮਝਦੇ ਹੋਣਗੇ ਤੇ ਐਸਾ ਕੋਈ ਹਾਈ ਕੋਰਟ ਦਾ ਫੈਸਲਾ ਆਇਆ। ਬਲੀਵਾਲ ਜੀ ਥੋੜ੍ਹਾ ਜਿਹਾ ਸਰ ਸਮਝਾ ਦਿਓ ਮਾੜਾ ਜਿਹਾ, ਅੰਦਰ 3 ਆਪਸ਼ਨਸ ਰੱਖੀਆਂ ਗਈਆਂ ਸੀਗੀਆਂ ਜ਼ਿਰਾ ਦੇ ਦੌਰਾਨ, ਕਿ 3 ਆਪਸ਼ਨਸ 'ਚ ਤੁਸੀਂ ਅਵੇਲ ਕੀ ਕਰਨਾ? ਮੈਂ ਇੱਕ ਗੱਲ ਕਹਿ ਰਿਹਾ, 3 ਆਪਸ਼ਨਸ ਰੱਖੀਆਂ ਗਈਆਂ ਸੀ ਪਰ ਉਹ ਇੱਕ ਵਰਬਲ ਚੀਜ਼ ਸੀਗੀ, ਜਦ ਤੱਕ ਉਹ ਰਿਟਰਨ ਦੇ ਵਿੱਚ KPG ਨਹੀਂ ਆਉਂਦੀ, ਸਾਨੂੰ ਬਕਾਇਦਾ ਕਿਹਾ ਗਿਆ ਕਿ ਜਦ ਤੱਕ ਰਿਟਰਨ ਦੇ ਵਿੱਚ ਨਹੀਂ ਆਊਗੀ ਚੀਜ਼ ਜੋ ਹਾਈਕੋਰਟ ਨੇ ਲਿਖਣ ਦੇ ਵਿੱਚ ਫੈਸਲਾ ਕੀਤਾ, ਜਦ ਤੱਕ ਉਹ ਤੇ ਕਮੈਂਟ ਨਹੀਂ ਕਰਨਾ। SIT ਦੇ ਵਿੱਚ ਕੋਵਰ ਵਿਜੇ ਪ੍ਰਤਾਪ ਸਿੰਘ ਹੁਣੀ ਅਸਤੀਫਾ ਦੇ ਚੁੱਕਿਆ, ਨਵਾਂ ਮੈਂਬਰ ਐਡਿਟ ਕਰਨਾ, ਕੀ ਕਰਨਾ ਕੀ ਨਹੀਂ ਕਰਨਾ ਇਹ ਆਉਣ ਵਾਲੇ ਫੈਸਲੇ ਤੋਂ ਬਾਅਦ। ਤੁਸੀਂ ਬੜੇ ਪੜ੍ਹੇ ਲਿਖੇ ਹੋ ਸਰ, ਬੜੇ ਸਮਝਦਾਰ ਹੋ। SIT ਜੇ ਤੁਸੀਂ ਅੰਦਰ ਮੰਨੀ ਹੋਈ ਕਿ ਅਸੀਂ ਨਵੀਂ SIT ਬਣਾਉਣ ਨੂੰ ਤਿਆਰ ਹੈ, ਇਹਦਾ ਮਤਲਬ ਜਿਹੜਾ ਤੁਹਾਡਾ ਬਿਆਨ ਹੈ ਕਿ ਸੁਪਰੀਮ ਕੋਰਟ ਜਾਵਾਂਗੇ, ਫਿਰ ਤਾਂ ਨਹੀਂ ਜਾਓਗੇ ਨਾ? ਮੈਂ ਇੱਕ ਬੇਨਤੀ ਹੈ, ਸੁਪਰੀਮ ਕੋਰਟ ਜਾਣ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਹੁਣੀ ਕਰ ਚੁੱਕੇ ਆ, ਜਿਹੜਾ ਫੈਸਲਾ ਆਊ, ਮੈਂ ਫਿਰ ਬਾਰ ਬਾਰ ਇੱਕੋ ਗੱਲ ਕਹਿ ਰਿਹਾ, ਜਿਹੜੇ ਫੈਸਲੇ ਤੇ ਹਜੇ ਰੋਸ਼ਨੀ ਨਹੀਂ ਹੈਗੀ ਤੇ ਪਤਾ ਹੀ ਨਹੀਂ ਕੀ ਲਿਖ ਕੇ ਆਉਣਾ ਹਾਈ ਕੋਰਟ ਵੱਲੋਂ, ਉਹ ਤੇ ਆਪਾਂ ਜ਼ੀਰਾ ਕਰੀ ਜਾਈਏ KPG, ਉਹਦਾ ਕੋਈ ਫਾਇਦਾ ਨਹੀਂ ਹੈਗਾ। ਸਿੱਧੂ ਸਾਹਿਬ ਤੇ ਬਿੱਟੂ ਸਾਹਿਬ ਕਿਉਂ ਬੋਲੀ ਜਾਂਦੇ ਫਿਰ? ਬਲੀਵਾਲ ਜੀ ਸਿੱਧੂ ਸਾਹਿਬ ਤੇ ਬਿੱਟੂ ਸਾਹਿਬ ਕਿਉਂ ਬੋਲਦੇ ਪਏ ਫਿਰ? ਬੋਲਦੇ ਤਾਂ ਆਪਾਂ ਵੀ ਪਏ ਹੈਗੇ ਆ, ਆਪਾਂ ਉਹਨਾਂ ਨੂੰ ਡਿਫੈਂਡ ਕਰਦੇ, ਜੇ ਉਹ ਬੋਲੇ ਆ ਤਾਂ ਆਪਾਂ ਡਿਸਕਸ਼ਨ ਕਰਦੇ ਪਏ, ਜੇ ਉਹਨਾਂ ਨੇ ਡਿਸਕਸ ਇਹੀ ਜੀ ਕੋਈ ਗੱਲ ਆਖੀ ਹੈ। ਮੈਂ ਫਿਰ ਕਹਿ ਰਿਹਾ ਕੋਈ ਪਾਰਟੀ ਪਲੇਟਫਾਰਮ ਆ, ਹਰੇਕ ਦੇ ਆਪਦੇ ਵਿਚਾਰ ਹੁੰਦੇ ਆ, ਸਾਡੇ ਦੋਹੇ ਲੀਡਰ ਨੇ, ਦੋਨੋਂ ਸਤਿਕਾਰਕ ਲੀਡਰ ਨੇ, ਫਿਊਚਰ ਆ ਸਾਡਾ ਪਾਰਟੀ ਦਾ, ਤੇ ਉਹਨਾਂ ਨੇ ਕੋਈ ਗੱਲਾਂ ਆਖੀਆਂ ਤਾਂ ਆਪਾਂ ਉਹਦੇ ਦੇ ਵਿੱਚ ਕੋਈ ਨਾ ਕੋਈ ਤਾਂ ਹੈਗਾ। ਹਰੇਕ ਸਿੱਖ ਦੀ ਭਾਵਨਾ ਕਿ ਉਹਨਾਂ ਦੋਸ਼ੀਆਂ ਨੂੰ ਅੰਦਰ ਕਰਨਾ, ਮੇਰੀ ਵੀ ਭਾਵਨਾ, ਅਸੀਂ ਵੀ ਆਪਦੇ CM ਨੂੰ ਇਹ ਗੱਲ ਕਹਿ ਚੁੱਕੇ ਹਾਂ ਇਸ ਚੀਜ਼ ਤੇ। ਠੀਕ ਕਲੀਅਰ ਸਾਹਿਬ। ਸਰ ਅੰਦਰ ਕੀ ਜ਼ਿਰਾ ਹੋਈ ਸੀਗੀ ਮਾੜਾ, ਉਹ ਆਪਾਂ ਥੋੜ੍ਹਾ ਚਾਹੁੰਦਾ ਪਹਿਲੇ, ਸਾਰੇ ਪੋਲੀਟਿਕਸ ਤਾਂ ਹੋਊਗੀ ਜ਼ਰੂਰ ਇਸ ਮੁੱਦੇ ਤੇ, ਮੈਂ ਤਾਂ ਅੰਦਰਲੀ ਚੀਜ਼ ਸਮਝਣਾ ਚਾਹੁੰਦਾ। ਦੇਖੋ KPG, ਦੋ ਗੱਲਾਂ ਸਪਸ਼ਟ ਹੈ, ਹਾਲਾਂਕਿ ਮੈਂ ਉਸ ਕੇਸ ਦਾ ਵਿੱਚ ਵਕੀਲ ਨਹੀਂ ਹੈਗਾ, ਉਸ ਕੇਸ ਦੀ ਮੈਂ ਕੋਈ ਪੈਰਵਾਈ ਨਹੀਂ ਕਰਦਾ, ਪਰ ਦੋ ਤਿੰਨ ਗੱਲਾਂ ਬੜੀਆਂ ਸਾਫ਼ ਨੇ ਕਿ ਇੱਕ ਤਾਂ ਕੋਰਟ ਨੇ ਜਦੋਂ ਇਹ ਕੇਸ ਨੂੰ ਉੱਥੇ ਕੁਆਸ਼ ਕੀਤਾ ਤਾਂ ਉਹਨਾਂ ਦੇ ਜਿਹੜਾ ਇੱਕ ਕਮੈਂਟ ਆਇਆ ਉਹ ਕਿਹਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਸੀਗੀ ਇਹ ਪੋਲੀਟੀਕਲੀ ਮੋਟੀਵੇਟਿਡ ਸੀਗੀ, ਇਹ ਬਾਇਸਡ ਸੀਗੀ। ਔਰ ਦੂਸਰੀ ਜਿਹੜੀ ਵੱਡੀ ਗੱਲ ਸੀ, ਉਹਨਾਂ ਨੇ ਕਿਹਾ ਸੀਗਾ ਜੀ ਅਸੀਂ ਇਹ ਕੇਸ CBI ਨੂੰ ਭੇਜਾਂਗੇ, ਹਰਿਆਣਾ ਪੁਲਿਸ ਨੂੰ ਭੇਜਾਂਗੇ, ਜਿਹਦੇ ਤੇ ਪੰਜਾਬ ਸਰਕਾਰ ਤੇ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਆਹ ਕੰਮ ਨਾ ਕਰੋ, ਅਸੀਂ ਦੁਬਾਰਾ ਇਨਵੈਸਟੀਗੇਸ਼ਨ ਕਰਦੇ ਹਾਂ। ਤਾਂ ਫਿਰ ਕੋਰਟ ਨੇ ਕਿਹਾ ਠੀਕ ਹੈ ਤੁਸੀਂ SIT ਬਣਾ ਲਓ, ਪਰ ਉਹ SIT ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨਹੀਂ ਹੋਊਗਾ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਬਿਲਕੁਲ ਗਲਤ ਹੈ, ਬਾਇਸਡ ਹੈ। ਤਾਂ ਪੰਜਾਬ ਸਰਕਾਰ ਨੇ 10 ਮਿੰਟਾਂ ਦਾ ਟਾਈਮ ਲਿਆ, 10 ਮਿੰਟਾਂ ਬਾਅਦ ਜਦੋਂ ਰੀਜੁਆਇਨ ਕੀਤਾ ਤਾਂ ਪੰਜਾਬ ਸਰਕਾਰ ਨੇ ਉੱਥੇ ਕਿਹਾ ਕਿ ਠੀਕ ਹੈ ਜੀ ਅਸੀਂ ਨਵੀਂ SIT ਬਣਾ ਦਿੰਦੇ ਹਾਂ ਔਰ ਕੁੰਵਰ ਵਿਜੇ ਪ੍ਰਤਾਪ ਨੂੰ ਉਹਦੇ 'ਚ ਨਹੀਂ ਰੱਖਾਂਗੇ। ਸੋ ਇਹ ਕੰਸੈਂਟ ਕੋਰਟ ਦੇ ਵਿੱਚ ਦਿੱਤਾ ਹੈ। ਹੁਣ ਇਹ ਰਿਟਰਨ ਜਦੋਂ ਆਊਗਾ ਤਾਂ ਸਾਰੀ ਗੱਲ ਲੋਕਾਂ ਦੇ ਸਾਹਮਣੇ ਸਾਫ਼ ਹੋ ਜੂਗੀ ਕਿ ਪੰਜਾਬ ਸਰਕਾਰ ਨੇ ਆਪ ਮੰਨਿਆ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਹਟਾ ਦਾਂਗੇ, ਨਵੀਂ SIT ਬਣਾ ਦਾਂਗੇ ਕਿਉਂਕਿ ਉਹਦੀ ਜਾਂਚ ਦੇ ਉੱਤੇ ਬਹੁਤ ਸਖ਼ਤ ਟਿੱਪਣੀਆਂ ਹੋਈਆਂ। ਕਲੀਅਰ ਸਾਹਿਬ, ਇਹ ਰਿਟਰਨ ਕੰਸੈਂਟ ਹੋਈ ਤਾਂ ਫਿਰ ਸੁਪਰੀਮ ਕੋਰਟ ਜਾਂ ਕਿਤੇ ਹੋਰ ਜਾਣ ਦਾ ਰਾਹ ਬਾਕੀ ਤਾਂ ਨਹੀਂਗਾ ਕਿ ਜਾਂ ਹੈ? ਦੇਖੋ ਅਗਰ ਰਿਟਰਨ ਕੰਸੈਂਟ ਇਹਨਾਂ ਨੇ ਦਿੱਤੀ ਹੋਈ ਤਾਂ ਸਿਰਫ ਉਹਨੇ ਪਾਰਟ ਦੇ ਉੱਤੇ ਸੁਪਰੀਮ ਕੋਰਟ ਜਾ ਸਕਦੇ ਨੇ ਜਿਹੜੀ FIR ਰੱਦ ਹੋਈ ਹੈ, ਇਨਵੈਸਟੀਗੇਸ਼ਨ ਦੇ ਉੱਤੇ ਜਾਂ ਕੁੰਵਰ ਵਿਜੇ ਪ੍ਰਤਾਪ ਨੂੰ ਦੁਬਾਰਾ ਇਨਵੈਸਟੀਗੇਸ਼ਨ ਹੁਣ ਤਾਂ ਸੌਂਪਣ ਵਾਲਾ ਮੁੱਦਾ ਹੀ ਖਤਮ ਹੋ ਗਿਆ ਕਿਉਂਕਿ ਉਹ ਨੌਕਰੀ ਤੋਂ ਹੀ ਅਸਤੀਫਾ ਦੇ ਚੁੱਕੇ ਨੇ। ਠੀਕ, ਇੱਕ ਹੋਰ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਕਾਂਗਰਸ, ਕੈਪਟਨ ਸਿੱਧੂ ਅਤੇ ਬੇਅਦਬੀ ਕਾਂਡ, ਅਸਲ ਇਸ਼ੂ ਹੈ ਕੀ, ਅਸਲ ਮਕਸਦ ਹੈ ਕੀ ਆ, ਅਸਲ ਕਲੇਸ਼ ਹੈ ਕੀ ਆ, ਕੋਸ਼ਿਸ਼ ਕਰ ਰਹੇ ਸੰਜੀਦਗੀ ਨਾਲ ਸਮਝ ਸਕੀਏ। ਵਾਪਸ ਆ ਰਹੇ ਸਵਾਲ ਇੱਕੋ ਪੁੱਛ ਰਹੇ, ਬੇਅਦਬੀ ਕਾਂਡ ਅਤੇ ਕਾਂਗਰਸ 'ਚ ਪਏ ਕਲੇਸ਼ ਪਿੱਛੇ ਅਸਲ ਮਕਸਦ ਕੀ ਹੈ? ਭੁਗਲ ਸਾਹਿਬ, ਮੈਂ ਸ਼ਬਦ ਜ਼ਰੂਰ ਪੜ੍ਹਨਾ ਚਾਹੂੰਗਾ, ਜੋ ਸ਼ਬਦ ਹੈ ਲਿਖਿਆ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ, ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੰਨਣੀ ਅਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ, ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ 'ਚ ਨਹੀਂ ਹੈ, ਫਿਰ ਇਹ ਦੀ ਲਗਾਮ ਕਿਸ ਦੇ ਹੱਥ ਹੈ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿੱਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਨੇ। ਭੁਗਲ ਸਾਹਿਬ, ਮੈਨੂੰ ਇੱਕ ਤਾਂ ਥੋੜ੍ਹਾ ਜਿਹਾ ਟਵੀਟ ਦਾ ਮਤਲਬ ਸਮਝਾਓ, ਜਿੰਨਾ ਕੁ ਮੈਨੂੰ ਸਮਝ ਆ ਰਿਹਾ ਸਰ, ਉਹ ਮੈਨੂੰ ਇਹ ਸਮਝ ਆ ਰਿਹਾ ਕਿ AG ਨੂੰ ਜਾਂ AG ਦੇ ਹੱਕ ਵਿੱਚ ਭੁਗਤਦੇ ਪਏ ਨਵਜੋਤ ਸਿੰਘ ਸਿੱਧੂ।
ਇਉਂ ਲੱਗਦਾ ਪਿਆ ਮੈਨੂੰ। ਇਸ ਤਰ੍ਹਾਂ ਲੱਗਦਾ ਹੋਏਗਾ ਲੇਕਿਨ ਅਸਲੀਅਤ ਇਹ ਨਹੀਂ ਹੈ। ਬੇਸਿਕਲੀ ਹਾਂ ਠੀਕ ਹੈ, ਉਹਨਾਂ ਨੂੰ ਉਹਨਾਂ ਨੇ ਅਤੁਲ ਨੰਦਾ ਤੋਂ ਸਿੱਧਾ ਅਸਤੀਫਾ ਨਹੀਂ ਮੰਗਿਆ ਜਿਹੜਾ ਕਿ ਉਹਨਾਂ ਨੂੰ ਮੰਗਣਾ ਚਾਹੀਦਾ ਸੀਗਾ, ਕਿਉਂਕਿ ਇਸ ਇਸ਼ੂ ਦੇ ਉੱਤੇ ਹੁਣ ਤੱਕ ਜਿਹੜੀ ਸੂਚਨਾ ਬਾਹਰ ਆ ਰਹੀ ਹੈ, ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਵੀ ਡਿਫਰੈਂਟ ਮੀਡੀਆ ਚੈਨਲਸ 'ਤੇ ਦਿੱਤੀ ਹੈ, ਉਸ ਮੁਤਾਬਕ ਜਿਹੜਾ ਹੈਗਾ ਏ ਜੀ ਨਾਕਾਮਯਾਬ ਰਹੇ ਇਸ ਸਾਰੀ ਜਿਹੜੀ ਕੋਰਟ ਦੇ ਵਿੱਚ ਪ੍ਰੋਸੀਡਿੰਗਸ ਆ ਉਹਨੂੰ ਡਿਫੈਂਡ ਕਰਨ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਨੇ ਤਾਂ ਇੱਥੋਂ ਤੱਕ ਵੀ ਐਲੀਗੇਸ਼ਨ ਲਾਏ ਹੈ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜੇ ਡਿਫੈਂਸ ਲਾਇਰਸ ਹੈਗੇ ਆ, ਸਰਕਾਰੀ ਵਕੀਲ ਜਿਹੜੇ ਹੈਗੇ ਜਿਹੜੇ ਇਹਨਾਂ ਨੇ ਦਿੱਲੀ ਤੋਂ 55 ਲੱਖ ਰੁਪਏ ਪਰ ਪੇਸ਼ੀ ਦੇ ਉੱਤੇ ਲਿਆਂਦੇ ਹੈ, ਉਹ ਦੋਸ਼ੀਆਂ ਦਾ ਹੱਕ ਜਿਹੜਾ ਹੈ ਉਹਨਾਂ ਦੀ ਸਪੋਰਟ ਦੇ ਵਿੱਚ ਜ਼ਿਆਦਾ ਲੱਗਦੇ ਸੀਗੇ ਅਤੇ ਆਪਣਾ ਪੁਆਇੰਟ ਡਿਫੈਂਡ ਕਰਨ ਦੇ ਵਾਲੇ ਪਾਸੇ ਘੱਟ ਸੀਗੇ। ਸੋ ਮੇਰਾ ਨਹੀਂ ਖਿਆਲ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹੈ ਬੇਸਿਕਲੀ ਨਵਜੋਤ ਸਿੰਘ ਸਿੱਧੂ ਜਿਹੜਾ ਹੈ, ਤੁਸੀਂ ਗ੍ਰਹਿ ਮੰਤਰੀ ਦਾ ਨਾਂ ਲਿਆ ਤਾਂ ਗ੍ਰਹਿ ਮੰਤਰੀ ਆਪਾਂ ਜਾਣਦੇ ਹਾਂ ਕਿ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੈ, ਤਾਂ ਸਿੱਧੂ ਸਿੱਧਾ ਦਾ ਸਿੱਧਾ ਪੋਲੀਟੀਕਲ ਟਾਰਗੇਟ ਉਹਨਾਂ ਨੂੰ ਕਰਨਾ ਚਾਹੁੰਦੇ ਹੈ, ਉਸ ਦੇ ਵਿੱਚ ਏ ਜੀ ਜਾਂ ਦੂਸਰੇ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਲਿਆਉਣਾ ਨਹੀਂ ਚਾਹੁੰਦੇ, ਇਸ ਕਰਕੇ ਸ਼ਾਇਦ ਉਹਨਾਂ ਨੇ ਥੋੜ੍ਹਾ ਜਿਹੀ ਸੋਫਟ ਵਰਡਿੰਗ ਕੀਤੀ ਹੈ, ਲੇਕਿਨ ਮੈਂ ਨਹੀਂ ਸਮਝਦਾ ਕਿ ਉਹ ਏ ਜੀ ਨੂੰ ਡਿਫੈਂਡ ਕਰਨਾ ਚਾਹੁੰਦੇ। ਤੁਹਾਨੂੰ ਇਸ ਵਰਡਿੰਗ ਤੋਂ ਨਹੀਂ ਲੱਗਦਾ ਏ ਜੀ ਨੂੰ ਡਿਫੈਂਡ ਕਰ ਰਹੇ ਹੋ? ਨਹੀਂ, ਮੈਨੂੰ ਨਹੀਂ ਇਸ ਤਰ੍ਹਾਂ ਲੱਗਦਾ। ਮੈਨੂੰ ਲੱਗਦਾ ਕਿ ਉਹਨਾਂ ਉਹ ਆਪਣੇ ਟਾਰਗੇਟ ਨੂੰ ਹਿੱਟ ਕਰ ਰਹੇ, ਉਹਨਾਂ ਦੀ ਏਜੀ ਨੂੰ ਡਿਫੈਂਡ ਕਰਨਾ ਜਾਂ ਅਪੋਜ਼ ਕਰਨਾ ਉਹਨਾਂ ਦਾ ਮੁੱਦਾ ਨਹੀਂ ਹੈ। ਠੀਕ ਹੈ ਬਣਾਵਾਲੀ ਜੀ, ਮੈਂ ਇੱਕ ਮਿੰਟ ਮਿਸ ਕਲੀਅਰ ਆ ਰਿਹਾ। ਬਣਾਵਾਲੀ ਜੀ ਤੁਹਾਨੂੰ ਕੀ ਲੱਗਦਾ ਹੈ? ਨਵਜੋਤ ਸਿੰਘ ਦਾ ਪੂਰਾ ਟਵੀਟ ਸਰ ਪੜੋ, ਮੈਂ ਤਾਂ ਵਰਡ ਟੂ ਵਰਡ ਪੜ੍ਹ ਕੇ ਤੁਹਾਨੂੰ ਦੱਸ ਰਿਹਾ। ਬਣਾਵਾਲੀ ਜੀ ਕੇਪੀ ਜੀ, ਸਿੱਧੀ ਗੱਲ ਆ ਕਿ ਅਤੁਲ ਨੰਦਾ ਜੀ ਦੇ ਅਸਤੀਫੇ ਦੀ ਮੰਗ ਤਾਂ ਇਕੱਲੇ ਸਿੱਧੂ ਨਹੀਂ ਗਏ, ਇਸ ਤੋਂ ਪਹਿਲਾਂ ਜਾਖੜ ਸਾਹਿਬ ਵੀ ਕਰ ਚੁੱਕੇ ਨੇ, ਵੱਖ ਵੱਖ ਮੰਤਰੀ ਕਰ ਚੁੱਕੇ ਨੇ, ਬਹੁਤ ਕਰ ਚੁੱਕੇ ਨੇ, ਪਰ ਅਤੁਲ ਨੰਦਾ ਜੀ ਦੀ ਸੁਣੀ ਨਹੀਂ ਜਾ ਰਹੀ। ਸੁਣੀ ਕਿਉਂ ਨਹੀਂ ਜਾ ਰਹੀ? ਕਿਉਂਕਿ ਉਹਨਾਂ ਦਾ ਸਿੱਧਾ ਆਸ਼ੀਰਵਾਦ ਹੈਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਦਾ, ਨੰਦਾ ਜੀ ਨੂੰ। ਉਹ ਕਿਹੜੇ ਅੱਜ ਪਹਿਲਾ ਕੇਸ ਹਾਰੇ ਆ, ਕੋਲਵਾਸ ਦੇ ਵਿੱਚ ਹਾਰੇ, ਚਾਹੇ ਉਹ ਬਲਤਾਨੀ ਕੇਸ ਦੇ ਵਿੱਚ ਸੀਗਾ ਜਾ ਕੇ ਆਪਣਾ। ਮੇਰਾ ਸਵਾਲ ਹੋਰ ਹੈ, ਮੇਰਾ ਸਵਾਲ ਬਣਾਵਾਲੀ ਜੀ, ਮੇਰਾ ਸਵਾਲ ਹੋਰ ਹੈ, ਬਣਾਵਾਲੀ ਸਵਾਲ ਸੁਣ ਲਓ ਸਰ, ਸਵਾਲ ਸੁਣ ਲਓ ਸਰ, ਸਵਾਲ ਸੁਣ ਲਓ, ਤੁਸੀਂ ਕਹਿ ਲਿਓ ਸਰ ਆਪਣੀ ਗੱਲ। ਮੇਰਾ ਸਵਾਲ ਇਹ ਹੈ ਸਰ ਵੀ ਕਿਤੇ ਨਵਜੋਤ ਸਿੰਘ ਸਿੱਧੂ ਏ ਜੀ ਨੂੰ ਡਿਫੈਂਡ ਤਾਂ ਨਹੀਂ ਕਰ ਰਹੇ? ਨਹੀਂ, ਬਿਲਕੁਲ ਨਹੀਂ ਕਰ ਰਹੇ। ਉਹਨਾਂ ਦਾ ਸਿੱਧਾ ਟਾਰਗੇਟ ਆ ਕਿ ਏ ਜੀ ਨਹੀਂ ਨਾਲ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਆ, ਕਿਉਂਕਿ ਜਿਹੜੇ ਆਪਣੇ ਸੈਟ ਦੇ ਸੀਗੇ ਕੁੰਵਰ ਵਿਜੇ ਪ੍ਰਤਾਪ ਜੀ, ਉਹ ਕਹਿੰਦੇ ਜਦੋਂ ਮੇਰੇ ਤੇ ਪ੍ਰੈਸ਼ਰ ਰਾਈਜ਼ ਕਰਦਾ ਸੀ, ਮੈਂ ਟਾਈਮ ਟੂ ਟਾਈਮ ਸੀਐਮ ਹਾਊਸ ਨੂੰ ਦੱਸਦਾ ਰਿਹਾਗਾ, ਮਿਲਦਾ ਰਿਹਾਗਾ ਕਿ ਮੈਨੂੰ ਟੋਰਚਰ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਉਹਨਾਂ ਨੇ ਸਪਸ਼ਟ ਕੀਤਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਸੰਮਣ ਕੀਤੇ ਤੇ ਮੈਨੂੰ ਪ੍ਰਮੋਦ ਬਾਦਲ ਜੀ ਨੇ ਕਿਹਾ ਕਿ ਕਿਉਂ ਸੰਮਣ ਕੀਤੇ ਜਾ ਰਹੇ। ਜਦੋਂ ਇੱਥੋਂ ਤੱਕ ਪ੍ਰੈਸ਼ਰ ਸੀ ਤਾਂ ਮੈਂ ਕਲੇਰ ਸਾਹਿਬ ਜੀ ਨੂੰ ਕਹਿਣਾ ਹੈਗਾ ਕਿ ਗਏ ਤਾਂ ਗੁਰਦੀਪ ਭੰਦੇਰ ਜੀ ਆ, ਉੱਥੇ ਗਈ ਪੁਲਿਸ ਆ, ਜਸ਼ਨ ਇਹ ਮਨਾ ਰਹੇ ਆ। ਇੱਥੋਂ ਸਿੱਧਾ ਹੁੰਦਾ ਕਿ ਇਹਨਾਂ ਦੀਆਂ ਸਾਰਿਆਂ ਦੀਆਂ ਕੁੰਡੀਆਂ ਜੁੜੀਆਂ ਹੋਈਆਂ ਨੇ। ਸੋ ਇਹ ਮੈਂ ਸਾਰੀਆਂ ਗੱਲਾਂ ਕਰਦਾ ਕਿ ਇਹਨਾਂ ਨੇ ਡਿਫੈਂਡ ਨਹੀਂ ਕੀਤਾ, ਉਹਨਾਂ ਨੇ ਸਿੱਧਾ ਕਿਹਾ ਕਿ ਜਿੱਥੇ ਅਤੁਲ ਨੰਦਾ ਜ਼ਿੰਮੇਵਾਰ ਆ, ਸਿੱਧੀ ਵੱਡੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਆ ਕਿ ਜਿਹੜੇ ਕੇਸ ਜਾ ਕੇ ਹਾਈ ਕੋਰਟ ਦੇ ਵਿੱਚ ਅਸੀਂ ਜਿੱਤੇ ਆ। ਠੀਕ ਹੈ ਮਿਸਟਰ ਕਲੀਅਰ, ਅਕਾਲੀ ਦਲ ਵੀ ਮੰਨਦਾ ਹੈ ਕਿ ਏ ਜੀ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ, ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਹੈ? ਕੇਪੀ ਜੀ, ਇਸ ਕੇਸ ਦੇ ਉੱਤੇ ਅਗਰ ਹਾਈ ਕੋਰਟ ਦੀ ਐਡੀ ਸਖਤ ਟਿੱਪਣੀ ਆਈ ਹੈ ਨਾ ਕਿ ਜਾਂਚ ਸਿਆਸਤ ਤੋਂ ਪ੍ਰਭਾਵਿਤ ਆ, ਸਿਆਸੀ ਜਾਂਚ ਆ, ਤਾਂ ਮੁੱਖ ਮੰਤਰੀ ਤੋਂ ਲੈ ਕੇ ਐਡਵੋਕੇਟ ਜਨਰਲ ਔਰ ਕੁੰਵਰ ਵਿਜੇ ਪ੍ਰਤਾਪ ਜਿਹੜਾ ਆਈ ਓ ਹੈ ਬਰਾਬਰ ਦੇ ਜ਼ਿੰਮੇਵਾਰ ਹੈ। ਤੁਸੀਂ ਰਿਸਪੋਂਸੀਬਿਲਟੀ ਸ਼ਿਫਟ ਨਹੀਂ ਕਰ ਸਕਦੇ। ਅੱਜ ਕੁੰਵਰ ਵਿਜੇ ਪ੍ਰਤਾਪ ਨੇ ਅੱਜ ਤੋਂ ਪਹਿਲਾਂ ਮੀਡੀਆ 'ਚ ਆ ਕੇ ਕਿੰਨੀ ਵਾਰ ਇਹ ਗੱਲ ਕਹੀ ਕਿ ਜੀ ਸਰਕਾਰੀ ਵਕੀਲ ਮੇਰਾ ਟੋਰਚਰ ਕਰ ਰਹੇ ਨੇ? ਕਿੰਨੀ ਵਾਰ ਇਹ ਗੱਲ ਕਹੀ ਕਿ ਜੀ ਸਰਕਾਰੀ ਵਕੀਲ ਜਾਂ ਐਡਵੋਕੇਟ ਜਨਰਲ ਧਿਆਨ ਨਹੀਂ ਦੇ ਰਹੇ, ਰੌਲਾ ਕਿਉਂ ਨਹੀਂ ਪਾਇਆ? ਉਦੋਂ ਆਪਣੀ ਕੁਰਸੀ ਬਚਾ ਰਹੇ ਸੀ, ਕੀ ਕਰ ਰਹੇ ਸੀ? ਅਗਰ ਐਡਾ ਸੰਵੇਦਨਸ਼ੀਲ ਮੁੱਦਾ ਸੀ ਤਾਂ ਹੁਣ ਆ ਕੇ ਜਿਹੜੀਆਂ ਗੱਲਾਂ ਬੋਲ ਰਹੇ ਨੇ, ਉਦੋਂ ਰੌਲਾ ਕਿਉਂ ਨਹੀਂ ਪਾਇਆ? ਸ਼ਾਇਦ ਉਸ ਟਾਈਮ ਵੀ ਕੁਛ ਹੋ ਜਾਂਦਾ, ਪਰ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਬਰਾਬਰ ਦੀ ਉਸ ਜਿਹੜੀ ਸਿਆਸੀ ਜਾਂਚ ਸੀ ਉਹਦੇ ਮੈਂਬਰ ਸੀ। ਔਰ ਜਿਹੜੀ ਬਣਾਵਾਲੀ ਸਾਹਿਬ ਗੱਲ ਕਹਿੰਦੇ ਨੇ ਨਾ ਕਿ ਅਕਾਲੀ ਦਲ ਖੁਸ਼ ਨਹੀਂ ਹੈਗਾ, ਪਰ ਹਾਂ ਜਿਹੜੇ ਲੋਕ ਗੁਰੂ ਦੇ ਨਾਂ ਤੇ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੇਅਦਬੀਆਂ ਦੇ ਨਾਂ ਤੇ ਸਿਆਸਤ ਕਰਦੇ ਸੀ, ਉਹਨਾਂ ਦੇ ਸਿਰ 'ਚ ਸਵਾਹ ਪਈ ਹੈ ਔਰ ਮਹਾਰਾਜ ਨੇ ਉਹਨਾਂ ਨੂੰ ਕੌਤਕ ਦਿਖਾਇਆ। ਇਸ 'ਚ ਝੂਠ ਵਕੀਲ ਆਉਂਦਾ ਸੀ, ਜਾਂਦੇ ਆਪ ਜਾਂਦੇ ਪੁੱਛਦੇ ਭਾਈ ਤੂੰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਔਰ ਦੂਸਰੀ ਵੱਡੀ ਗੱਲ, ਇਹ ਗੱਲ ਅੱਜ ਪਹਿਲੀ ਵਾਰ ਨਹੀਂ ਹੋਈ ਜਦੋਂ ਤੁਸੀਂ ਪਟਿਆਲੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਨਵਜੋਤ ਸਿੱਧੂ, ਉਹਦੇ 'ਚ ਤੁਸੀਂ ਧਿਆਨ ਨਾਲ ਸੁਣਿਓ, ਇੱਕ ਲਾਈਨ ਉਹਨਾਂ ਨੇ ਉੱਥੇ ਵੀ ਬੋਲੀ ਸੀ ਕਿ ਜਦੋਂ ਫਾਈਲ 'ਚ ਹੀ ਕੁਛ ਨਹੀਂ ਹੋਊਗਾ ਤਾਂ ਵੱਡੇ ਤੋਂ ਵੱਡਾ ਵਕੀਲ ਵੀ ਕੀ ਕਰ ਲੂਗਾ। ਹੁਣ ਇਹ ਉਹ ਕਿਹਦੇ ਤੇ ਉਂਗਲ ਉਠਾ ਰਹੇ ਆ ਵੀ ਫਾਈਲ 'ਚ ਕੁਛ ਨਹੀਂ ਹੋਊ? ਕਲੇਰ ਸਾਹਿਬ, ਕਲੇਰ ਸਾਹਿਬ, ਕਲੇਰ ਸਾਹਿਬ ਕਰ ਦੂਗਾ, ਇਹ ਵੀ ਆਪਣੇ ਆਪ ਦੇ ਵਿੱਚ ਜਵਾਬ ਦੇ ਗੱਲ ਹੈ। ਕਲੇਰ ਸਾਹਿਬ, ਤੁਸੀਂ ਸਿੱਧੂ ਦੇ ਦਰਦ ਦੀ ਗੱਲ ਕੀਤੀ ਹੈ, ਅਕਾਲੀ ਦਲ ਨੂੰ ਦਰਦ ਹੈਗਾ ਸਰ? ਅਕਾਲੀ ਦਲ ਨੇ ਕੀ ਫੋਲੋ ਅਪ ਲਿਆ? ਇਨਸਾਫ ਤਾਂ ਚਾਹੀਦਾ ਨਾ ਸਰ, ਸਾਰਿਆਂ ਨੂੰ ਚਾਹੀਦਾ, ਤੁਹਾਡੀ ਸਰਕਾਰ ਉਦੋਂ ਨਹੀਂ ਕੁਛ ਕਰ ਸਕੀ, ਤੁਸੀਂ ਕੀ ਫੋਲੋ ਅਪ ਲਿਆ ਸਰ? ਕੇਪੀ ਜੀ, ਸਾਡੀ ਸਰਕਾਰ ਅਕਤੂਬਰ ਦਾ ਵਾਕਾ
दो महीने बाद जांच बेअदबियां दी चली गई सीबीआई नू इन्हां दी कांग्रेस दी आम आदमी पार्टी सर क्लियर साहब मैं सर हुण दा सवाल कर रहे ना प्लीज इदां ना करो ना क्लियर साहब आपां गोल बोलना ना घूमे नहीं जांच करके कोर्ट दे विच दित्ती कोर्ट ने रद्द करती ता उत्थों साबित हो गया अगर असी जांदे ना कोर्ट च आ जिन्नियां धिरां बैठी इन्हां ने रौला पाउणा सी देखो जी अकाली दल जांच ठीक है बनावाली जी बोलो बोलो बनावाली जी बोलो मैं एपी जी क्लियर साहब कह रहे सीबीआई कोले ता केस सीगा जिहड़ा एफआईआर नंबर 63/117/128 जिहड़ी सी के गुरु ग्रंथ साहिब दी सरूप नूं चोरी करना पोस्टर लाउणे उस तों बाद बेअदबी करना जिहड़ा बाइबल कला ते कोटकपुरा सी ओह तां तुहाडे कोले सीगा तुसीं इह बहि के जांच कीती है तां के है जी चरणजीत शर्मे दे भाई ने एफआईआर दर्ज हो गई सी और अज भी मैं फिर दोबारा कहना के ए जिहड़ी जांच है ना इहनूं इस तरीके दे नाल पोलिटिकली वरतण दी कोशिश सी ओहदे करके ठीक है ठीक है क्लियर साहब ठीक असल दोषी लोकां दे सामने क्लियर साहब ठीक ठीक है बलीवाल जी ए कैप्टन अमरिंदर सिंह दे खिलाफ फील्डिंग सजाई जा रही है कांग्रेस नूं इउं लगदा नहीं मैं पहलां क्लियर साहब दी इक गल दा जवाब देना चाहुंदा हां मैं एक गल होर याद करवाउणा चाहुंदा क्लियर साहब नूं 2007 दे विच जदों बाबे ने सवांग रचाया ਉਹਦੀ ਵੀ ਕਲੇਰ ਸਾਹਿਬ ਦੀ ਪਾਰਟੀ ਨੇ ਕਲੋਜ਼ਰ ਰਿਪੋਰਟਾਂ ਸਬਮਿਟ ਕਰਾਤੀਆਂ ਸੀ ਉਹਦਾ ਜਾਂਚ ਇਹਨਾਂ ਦੇ ਹੱਥੀ ਸੀਗੀ ਸੋ ਬਾਅਦ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਰਹੀਆਂ ਤੇ ਆਹੀ ਚਾਹੇ ਕੋਟਕਪੂਰਾ ਕਾਂਡ ਸੀ ਤੇ ਚਾਹੇ ਬਹਿਬਲ ਕਲਾਂ ਗੋਲੀ ਕਾਂਡ ਸੀ ਇਹਨਾਂ ਦੀ ਸਵਾ ਸਾਲ ਸਰਕਾਰ ਰਹੀ ਇਹ ਗੱਲ ਵੀ ਕਲੀਅਰ ਹੈ ਕਿ ਮਨਤਾਰ ਬਰਾਦਰੀ ਸੀਐਮ ਸਾਹਿਬ ਨਾਲ ਗੱਲ ਵੀ ਹੋਈ ਹੈ ਡੀਜੀਪੀ ਨਾਲ ਵੀ ਗੱਲ ਹੋਈ ਹੈ ਡੀਸੀ ਨਾਲ ਵੀ ਹੋਈ ਹੈ 157 ਵਾਰ ਕਾਲ ਡਿਟੇਲਸ ਨੇ ਦੱਸ ਚੁੱਕਿਆ ਪਰ ਹੁਣ ਗੱਲ ਇਹ ਆ ਮਜਬੂਰੀਆਂ ਹੁੰਦੀਆਂ ਪਾਰਟੀ ਦੇ ਬੁਲਾਰੇ ਹੋਣ ਕਰਕੇ ਉਹ ਦਿੱਕਤਾਂ ਹੈਗੀਆਂ ਨੇ ਸਮੇਤ ਸੈਣੀ ਹੁਣਾਂ ਦੀਆਂ ਦਿੱਕਤਾਂ ਹੈਗੀਆਂ ਨੇ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜੱਗ ਜਾਹਰ ਕਰ ਦਾਂਗੇ ਜੱਗ ਜਾਹਰ ਤਾਂ ਰਿਪੋਰਟ ਹੋ ਚੁੱਕੀ ਹੈ ਇੱਕ ਤਰ੍ਹਾਂ ਤੇ ਦੂਜੀ ਗੱਲ ਜਿਹੜੀ ਤੁਸੀਂ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਗੱਲ ਕਰ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਕਰਨ ਦੀ ਐਸੀ ਕੋਈ ਗੱਲ ਨਹੀਂ ਹੈਗੀ ਅੱਜ ਦੀ ਡੇਟ ਜਿਹੜੇ ਨਵਜੋਤ ਸਿੱਧੂ ਹੈ ਉਹ ਕੈਪਟਨ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਮੈਂ ਫਿਰ ਕਹਿਣਾ ਜੇ ਇਸ਼ੂ ਚੱਕਿਆ ਗਿਆ ਅੱਗ ਲੱਗੀ ਆ ਧੂਆਂ ਉੱਠਿਆ ਤਾਂ ਉਸ ਚੀਜ਼ ਦਾ ਹੱਲ ਵੀ ਕਰਨਾ ਕਾਂਗਰਸ ਪਾਰਟੀ ਦਾ ਫਰਜ਼ ਬਣਦਾ ਜੇ ਸਾਡੇ ਤੇ ਸਵਾਲ ਉੱਠਿਆ ਅਸੀਂ ਇਹਦਾ ਹੱਲ ਵੀ ਕਰਾਂਗੇ ਉਦੋਂ ਬਾਅਦ ਲੋਕਾਂ ਦੀ ਕਚਹਿਰੀ ਚ ਜਾਵਾਂਗੇ ਠੀਕ ਹੈ ਕਲੀਅਰ ਸਾਹਿਬ ਮੈਂ ਬ੍ਰੇਕ ਲੈਣੀ ਹੈ ਬ੍ਰੇਕ ਤੇ ਜਾਣ ਤੋਂ ਪਹਿਲੇ ਇੱਕ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਕਹਿ ਰਹੇ ਹੋ ਕਿ ਸਾਡਾ ਕਿਤੇ ਨਾਮ ਵੀ ਹੈ ਨਹੀਂਗਾ ਸਿਆਸਤ ਦੇ ਜ਼ਰੀਏ ਇਹ ਹਥਿਆਰ ਬਣਾਇਆ ਗਿਆ ਇਸ ਪੂਰੇ ਮੁੱਦੇ ਨੂੰ ਸਮੇਤ ਸੈਣੀ ਜ਼ਿੰਮੇਵਾਰ ਸੀ ਕਲੀਅਰ ਸਾਹਿਬ ਅਕਾਲੀ ਦਲ ਇਹ ਕਹਿੰਦਾ ਜਾਂਚ ਦਾ ਵਿਸ਼ਾ ਜੀ ਜਾਂਚ ਕਰਨ ਮੈਂ ਤਾਂ ਕਹਿਣਾ ਜਿਹੜਾ ਅਸਲ ਦੋਸ਼ੀ ਹੈ ਕਲੀਅਰ ਸਾਹਿਬ ਕੁਝ ਤਾਂ ਬੋਲੋ ਨਾ ਸਰ ਕਿਤੇ ਤਾਂ ਖੜੋ ਨਾ ਕਲੀਅਰ ਸਾਹਿਬ ਕਮੈਂਟ ਕਰਨ ਵਾਲਾ ਕਲੀਅਰ ਸਾਹਿਬ ਕਿਤੇ ਤਾਂ ਖੜੀਏ ਆਪਾਂ ਅੱਛਾ ਇਹ ਜਾਂਚ ਕਰਨ ਦੱਸਣ ਕਲੀਅਰ ਸਾਹਿਬ ਚਲੋ ਮੈਂ ਸਵਾਲ ਸਧਾਰਨ ਕਰ ਦਿੰਦਾ ਕਲੀਅਰ ਸਾਹਿਬ ਸੂਬੇ ਦੇ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਤੋਂ ਆਰਡਰ ਜਾਂਦਾ ਜਾਂ ਡੀਜੀਪੀ ਆਪਦੇ ਪੱਧਰ ਤੇ ਆਰਡਰ ਲੈ ਕੇ ਇਹ ਸਭ ਕੁਝ ਕਰਦਾ ਅਕਾਲੀ ਦਲ ਨੂੰ ਕੀ ਲੱਗਦਾ ਉਦੋਂ ਕੀ ਹੋਇਆ ਸੀ ਕੇਪੀ ਜੀ ਜੇ ਅਸਲ ਦੇ ਵਿੱਚ ਜਦੋਂ ਕੋਈ ਆਰਡਰ ਹੁੰਦਾ ਨਾ ਆਰਡਰ ਤਾਂ ਨੀਚੇ ਐਸਡੀਐਮ ਹੀ ਪਾਵਰਫੁਲ ਹੈ ਫਿਰ ਆਰਡਰ ਦੇਣ ਦਿੱਤਾ ਅਗਰ ਤੁਸੀਂ ਲਾਅ ਨੂੰ ਸੀਆਰਪੀਸੀ ਨੂੰ ਪੜ੍ਹ ਲਓ ਦੂਸਰੀ ਵੱਡੀ ਗੱਲ ਇਹ ਜਿਹੜੀ ਗੱਲ ਹੈ ਕਲੀਅਰ ਸਾਹਿਬ ਕੀ ਗੱਲਾਂ ਇੰਨੇ ਸਿਆਣੇ ਵਕੀਲ ਹੋਈਆਂ ਇਹ ਗੱਲਾਂ ਕਰਦੇ ਠੀਕ ਨਹੀਂ ਲੱਗਦੇ ਤੁਸੀਂ ਆਈ ਜੀ ਉਮਰਾਂ ਨਗਰ ਪਹੁੰਚ ਜਾਂਦਾ ਬਾਕੀ ਚੀਜ਼ਾਂ ਹੋ ਜਾਂਦੀਆਂ ਆਪਾਂ ਗੱਲ ਕਰੀਏ ਉਹ ਚੀਜ਼ਾਂ ਨਹੀਂ ਐਸਡੀਐਮ ਲੈਵਲ ਤੇ ਨਹੀਂ ਹੁੰਦੀਆਂ ਮੈਂ ਬ੍ਰੇਕ ਲੈ ਕੇ ਵਾਪਸ ਆ ਰਿਹਾ ਕਲੀਅਰ ਸਾਹਿਬ ਬ੍ਰੇਕ ਲੈ ਕੇ ਵਾਪਸ ਆ ਰਿਹਾ ਵਾਪਸ ਆ ਰਿਹਾ ਸਰ ਵਾਪਸ ਆ ਰਿਹਾ ਪੀਸੀਆਰ ਵਾਰ ਵਾਰ ਮੈਨੂੰ ਕਹਿ ਰਿਹਾ ਥੋੜਾ ਬ੍ਰੇਕ ਲੈ ਕੇ ਵਾਪਸ ਆਵਾਂਗੇ ਕਾਂਗਰਸ ਦਾ ਅਸਲ ਕਲੇਸ਼ ਕੀ ਹੈਗਾ ਤੇ ਸਿਆਸੀ ਮੁੱਦਾ ਕਿੰਨਾ ਕਾਨੂੰਨੀ ਨੁਕਤੇ ਇਹਦੇ ਵਿੱਚ ਕੀ ਹੈਗੇ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵਾਪਸ ਆ ਰਹੇ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਅਸੀਂ ਬੇਅਦਬੀ ਕਾਂਡ ਤੇ ਕਾਂਗਰਸ ਸਪਾਈਕ ਲੇਜ ਪਿੱਛੇ ਅਸਲ ਮਕਸਦ ਕੀ ਹੈ ਬਣਾ ਬਣਾ ਵਾਲੀ ਜੀ ਕੀ ਕਹਿਣਾ ਚਾਹ ਰਹੇ ਤੁਸੀਂ ਬੋਲੋ
मैं एको गल कहना चाहिए कलेर साहब नू भी की दसो कि सारिया घटनावां मेरे तो पहला बलियाल साहब ने कहा कि जो सुभांग रचा गया कि क्लोजर रिपोर्ट तुसीं बठिंडे कोर्ट दे विच पेश नहीं कीती, वह तुहाडी सरकार वेले होई आ, तुसीं कीती आ। सैकंडली मैनू एक गल दसो कि जो दो शहीद हो गए ने, शहीद होने तो बाद जी तुसीं एफ आई आर की है चाहे 192 नंबर कोटकपुरे करी आ भावे 129 नंबर वाजेखाने की आ, तुसीं उल्टा जिहड़े उत्थे बैठी सी संगत संगत ते दोनों एस एच ओ ने एफ आई आर करती कि साढ़े ते हमला होया वर्चा नाल, ये होया साढ़े पुलिस का नुकसान पहुंचाया। उस तो बाद जो रौला पै गया सिट बनी आ, सिट दे विच जिहड़ी 130 नंबर एफ आई आर होई आ वाजेखाने दे विच 300 अंडर सैक्शन 302 ਕਲੇਅਰ ਸਾਹਿਬ ਉਹ ਵੀ ਅਣਪਛਾਤੀ ਪੁਲਿਸ ਤੇ ਹੋਈ ਹੈਗੀ, ਉਸ ਦੇ ਵਿੱਚ ਵੀ ਨਾਂ ਨਹੀਂ ਪਾਏ ਗਏ। ਬਣਾਵਾਲੀ ਜੀ ਜਿਹੜਾ ਚਰਨਜੀਤ ਸ਼ਰਮਾ ਦਾ ਨਾਮ ਪਿਆ ਉਹ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪਿਆ ਜਾਂ ਅਕਾਲੀ ਸਰਕਾਰ ਵੇਲੇ ਪੈ ਚੁੱਕਿਆ ਸੀ ਐਫ ਆਈ ਆਰ ਦੇ ਵਿੱਚ? ਕੇ ਪੀ ਸਿੰਘ ਜੀ ਜਿਹੜੀ 129 ਨੰਬਰ ਐਫ ਆਈ ਆਰ ਹੋਈ ਸੀ ਬਹਿਬਲ ਕਲਾ ਜੀ ਤੇ ਦੋ ਸਿੰਘ ਸ਼ਹੀਦ ਹੋਏ ਆ, ਉਸ ਦੇ ਵਿੱਚ ਜਿਹੜੀ ਐਸ ਐਚ ਓ ਐਫ ਆਈ ਆਰ ਕਰਦਾ ਕਿ ਉਹ ਕਹਿੰਦਾ ਕਿ ਜਿਹੜੀ ਪੁਲਿਸ ਪਾਰਟੀ ਆ ਜਿਹਦਾ ਨਾਂ ਲੈ ਲੈ ਕੇ ਨਾਂ ਪਿਆ, ਉਹ ਤਾਂ ਮਜ਼ੇ ਹੀ ਬੜੇ ਹੋਏ ਆ ਕਿ ਚਰਨਜੀਤ ਜਿਹੜੀ ਡਿਊਟੀ ਲੱਗੀ ਹੋਈ ਸੀ ਉੱਥੇ ਫਲਾਣੇ ਫਲਾਣੇ ਹਾਜ਼ਰ ਸੀ, ਸਾਡੇ ਉੱਤੇ ਮਜ਼ਾਰਾ ਕਾਰੀਆਂ ਨੇ ਹਮਲਾ ਕੀਤਾ, ਉਲਟਾ 353 307 ਤੇ ਉਹ ਐਫ ਆਈ ਆਰ ਹੋਈ ਹੈਗੀ ਸੰਗਤ ਦੇ ਉੱਤੇ ਹੋਈ ਆ। ਇਸੇ ਤਰ੍ਹਾਂ ਕੋਰਟ ਵਾਲੀ ਵੀ ਠੀਕ ਹੈ। ਬਣਾਵਾਲੀ ਠੀਕ ਹੈ ਬਲੀਵਾਲ ਜੀ, ਸਰ ਤੁਹਾਡੇ ਇੱਕ ਮਿੰਟ ਬਣਾਵਾਲੀ ਜੀ, ਬਲੀਵਾਲ ਜੀ ਜੋ ਤੁਹਾਡੇ ਕੋਲ ਸਾਰਾ ਕੇਸ ਆਉਂਦਾ, ਤੁਹਾਡੀ ਸਰਕਾਰ ਆਉਂਦੀ ਹੈ, ਕਿਸੇ ਪੁਲਿਸ ਵਾਲੇ ਦੇ ਨਾਮ ਤੇ ਐਫ ਆਈ ਆਰ ਸੀ ਜਾਣ ਪਛਾਤੀ ਪੁਲਿਸ ਸੀ? ਦੇਖੋ ਗੱਲ ਇਹ ਹੈ ਕਿ ਇੱਕ ਚਰਨਜੀਤ ਸਿੰਘ ਸ਼ਰਮਾ ਚਰਨਜੀਤ ਸ਼ਰਮਾ ਦਾ ਨਾਮ ਸੀਗਾ, ਉਦੋਂ ਬਾਅਦ ਅਤੇ ਜਿਹੜੀ ਪੁਲਿਸ ਸੀ ਉਹ ਅਣਪਛਾਤੀ ਸੀ। ਅਣਪਛਾਤੀ ਕਿਵੇਂ ਹੋ ਗਈ? ਆਈ ਜੀ ਉਮਰਾ ਨੰਗਲ ਉੱਥੇ ਫਿਰੇ, 5 ਜ਼ਿਲ੍ਹਿਆਂ ਦੀ ਪੁਲਿਸ ਦੀ ਡਿਊਟੀ ਲੱਗ ਕੇ ਉੱਥੇ ਆਈ ਹੋਈ, ਅਣਪਛਾਤੀ ਪੁਲਿਸ ਕਿਵੇਂ ਹੋ ਗਈ ਇਹ ਦੱਸੋ ਮੈਨੂੰ। ਇਸ ਕਰਕੇ ਇਹਨਾਂ ਚੀਜ਼ਾਂ ਦੇ ਰੌਲੇ ਨੇ, ਇਹ ਨਾ ਸਿਰਫ ਚਰਨਜੀਤ ਸ਼ਰਮਾ ਨੇ ਗੋਲੀ ਚਲਾਤੀ, ਉੱਥੇ 1000-2000 ਆਦਮੀ ਪੁਲਿਸ ਦਾ ਸੀਗਾ, ਬਾਕੀ ਸਿੰਘ ਸੀਗੇ, ਕੱਲਾ ਚਰਨਜੀਤ ਸ਼ਰਮਾ ਗੋਲੀਆਂ ਚਲਾਉਣ ਲੱਗ ਗਿਆ। ਸੋ ਗੱਲਾਂ ਉਹ ਨੇ ਬਥੇਰੀ, ਇਹਦੇ ਉੱਪਰ ਡਿਬੇਟ ਹੋ ਚੁੱਕੀ ਆ ਆਪਣਾ ਕੇਪੀ ਜੀ। ਗੱਲ ਬੜੀ ਸਿੱਧੀ ਦੀ ਆ, ਆਰਡਰ ਹੋਇਆ ਸੀ ਤੇ ਸੁਮੇਧ ਸੈਣੀ ਨੇ ਇਹ ਵੀ ਗੱਲ ਆਖੀ ਸੀ ਕਿ 2 ਘੰਟਿਆਂ 'ਚ ਸ਼ਹਿਰ ਖਾਲੀ ਕਰ ਦੂੰਗਾ ਮੈਂ, ਤੇ DGP ਪ੍ਰਕਾਸ਼ ਸਿੰਘ ਬਾਦਲ ਤੇ ਮੰਤਾਰ ਬਰਾੜ ਦੇ ਆਪਸ ਦੇ ਵਿੱਚ ਗੱਲਾਂ ਹੋਈਆਂ ਨੇ। ਸੋ ਇਹ ਗੱਲਾਂ ਜਗ ਜਾਹਰ ਨੇ। ਠੀਕ ਹੈ ਬਲੀਵਾਲ ਜੀ, ਬਲੀਵਾਲ ਜੀ ਉੱਪਰ ਐਕਸ਼ਨ ਹੋਊਗਾ, ਬਲੀਵਾਲ ਜੀ ਛੂਗਾ। 10ਵਾਂ ਚਲਾਨ ਤੁਸੀਂ ਦੱਸ ਸਕਦੇ ਹੋ ਸਰ, ਉਹਨੂੰ ਜਨਤਕ ਕਰ ਸਕਦੇ ਹੋ? ਦੇਖੋ ਇਹ ਮੈਂ ਇਹਨਾਂ ਚੀਜ਼ਾਂ ਦੇ ਉੱਪਰ, ਦੇਖੋ ਆਪਣਾ ਕੇਪੀ ਜੀ ਮੈਂ ਐਡਵੋਕੇਟ ਨਹੀਂ ਹੈਗਾ ਪਹਿਲੀ ਗੱਲ, ਤੁਹਾਡੀ ਪਾਰਟੀ ਦੇ ਬੰਦੇ ਸਰ ਸਵਾਲ ਚੁੱਕਦੇ ਪਏ ਸਰ। ਮੈਂ ਤੁਹਾਡੀ ਪਾਰਟੀ ਦੇ ਚੁੱਕਦੇ ਪਏ ਸਰ ਸਵਾਲ, ਮੇਰਾ ਸਵਾਲ ਹੀ ਨਹੀਂ ਸਰ। ਮੈਂ ਤਾਂ ਪਤਾ ਹੀ ਨਹੀਂ 9 ਚਲਾਨ ਪੇਸ਼ ਹੋਏ ਕਿੰਨੇ ਹੋਏ ਆ ਸਰ। ਮੈਂ ਤਾਂ ਉਹੀ ਬੇਨਤੀ ਕਰਦਾ ਹਾਂ ਕਿ ਜਿਹੜਾ ਡਿਊ ਟੂ ਪ੍ਰੋਸੈਸ ਆਫ ਲਾਅ ਜੋ ਚੀਜ਼ਾਂ ਜਨਤਕ ਹੋ ਗਈਆਂ, ਜੋ ਕੋਰਟ ਦੇ ਸਾਹਮਣੇ ਪੇਸ਼ ਹੋ ਚੁੱਕੀਆਂ, ਉਹ ਇੱਕ ਆਲਰੇਡੀ ਜਨਤਕ ਨੇ। ਜੇ ਕੁਝ ਉਹਦੇ ਅੱਗੇ ਆਉਣ ਵਾਲੇ ਦਿਨਾਂ 'ਚ ਜਨਤਕ ਕਰਨ ਵਾਲੀ ਚੀਜ਼ ਹੋ ਗਈ ਉਹ ਵੀ ਕਰ ਦਾਂਗੇ ਜੀ, ਕੋਈ ਦਿੱਕਤ ਥੋੜਾ ਹੈਗੀ ਹੈ ਉਸ ਦੇ ਵਿੱਚ। ਠੀਕ ਹੈ ਭੋਗਲ ਸਾਹਿਬ, ਕਾਂਗਰਸ ਬਹੁਤ ਫੂਕ ਫੂਕ ਕੇ ਕਦਮ ਰੱਖਦੀ ਪਈ ਹੈ, ਜਦੋਂ ਵੀ ਕਾਂਗਰਸ ਇਸ ਮੁੱਦੇ 'ਤੇ ਬਿਆਨ ਦਿੰਦੀ ਹੈ ਬਹੁਤ ਸੋਚਦੀ ਹੈ ਵੀ ਅਸੀਂ ਕੀ ਬੋਲਣਾ। ਜਦੋਂ ਨਾ ਲੀਡਰ ਕਹਿੰਦੇ ਆ ਰਿਪੋਰਟਾਂ ਜਨਤਕ ਹੋਣੀਆਂ ਚਾਹੀਦੀਆਂ, ਕੁੰਵਰ ਵਿਜੇ ਪ੍ਰਤਾਪ ਕਹਿੰਦੇ ਰਿਪੋਰਟਾਂ ਤਾਂ ਪਹਿਲਾਂ ਪਬਲਿਕ ਡੋਮੇਨ 'ਚ ਪਈਆਂ, ਹੁਣ 10ਵੇਂ ਚਲਾਨ ਦੀ ਗੱਲ ਕਰਦੇ ਪਏ, ਉਹ ਜਨਤਕ ਕਰ ਦਿਓ। ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਬਿਲਕੁਲ ਠੀਕ ਕਹਿ ਰਹੇ ਹੈ, ਜਿਹੜਾ ਚਲਾਨ ਹੈ ਉਹ ਇੱਕ ਪਬਲਿਕ ਡਾਕੂਮੈਂਟ ਹੈ, ਜਾਂ ਟੂ ਕੋਰਟ ਹੋ ਜਾਂਦੀ ਜਿਹੜਾ ਜਿਹੜਾ ਕੋਈ ਡਾਕੂਮੈਂਟ ਉਹ ਪਬਲਿਕ ਡਾਕੂਮੈਂਟ ਬਣ ਜਾਂਦਾ, ਉਹਨੂੰ ਕੋਈ ਵੀ ਲੈ ਸਕਦਾ। ਜਿੱਥੋਂ ਤੱਕ ਕਾਂਗਰਸ ਦੇ ਜਾਂ ਈਵਨ ਅਕਾਲੀ ਦਲ ਦੇ ਇਸ ਮਾਮਲੇ ਤੇ ਫੂਕ ਫੂਕ ਕੇ ਬਿਆਨ ਦੇਣ ਦੀ ਜਿਹੜੀ ਕੋਈ ਗੱਲ ਹੈਗੀ ਹੈ, ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਹ ਇਸ਼ੂ ਜਿਹੜਾ ਹੈਗਾ ਇੱਕ ਬਹੁਤ ਹੀ ਸੈਂਟੀਮੈਂਟਲ ਇਸ਼ੂ ਸਾਡੇ ਲੋਕਾਂ ਦਾ ਹੈਗਾ, ਕਿਉਂਕਿ ਧਰਮ ਦਾ ਮਸਲਾ ਹੈਗਾ, ਧਰਮ ਦੇ ਨਾਂ ਦੇ ਉੱਤੇ ਲੋਕ ਪਾਗਲ ਹੋ ਜਾਂਦੇ ਆ, ਚਾਹੇ ਉਹ ਸਹੀ ਹੋਵੇ ਗਲਤ ਹੋਵੇ ਆਪਾਂ ਦੇਖਿਆ। ਇਸ ਕਰਕੇ ਇਸ ਦਾ ਫਾਇਦਾ ਵੀ ਸਾਰੇ ਉਠਾਉਣਾ ਚਾਹੁੰਦੇ ਆ, ਲੇਕਿਨ ਕੋਈ ਇਹੋ ਜਿਹੀ ਜਲਦਬਾਜ਼ੀ 'ਚ ਕੋਈ ਗਲਤੀ ਵੀ ਨਹੀਂ ਕਰਨਾ ਚਾਹੁੰਦੇ ਕਿ ਉਹਦਾ ਉਲਟਾ ਨੁਕਸਾਨ ਹੋ ਜਾਵੇ। ਗੋਗਲ ਸਾਹਿਬ ਮੈਨੂੰ ਸਰ ਥੋੜਾ ਸਮਝਾਓ ਸਰ, ਇੱਕ ਲੇਮਨ ਦਾ ਸਵਾਲ ਆ ਸਰ, ਜਿਹੜਾ ਸਾਹਮਣੇ ਬੈਠਾ ਸਾਨੂੰ ਸੁਣਦਾ ਪਿਆ ਉਹਦਾ ਸਵਾਲ ਹੈ। ਉਹ ਇਹ ਕਹਿੰਦਾ ਕਿ ਜੇ ਅਕਾਲੀ ਬੀਜੇਪੀ ਸਰਕਾਰ ਪਾਕ ਸਾਫ਼ ਹੈ ਤਾਂ ਉਹ ਸਰ ਪਾਰਟੀ ਬਣ ਕੇ ਕਹਿ ਦੇਵੇ ਕਿ ਸੁਮੇਧ ਸਿੰਘ ਸੈਣੀ ਨੇ ਆਪ ਹੀ ਆਰਡਰ ਕਰਤੇ ਸੀਗੇ ਜਾਂ ਥੱਲੇ ਉਮਰਾ ਨੰਗਲ ਨੇ ਆਪ ਹੀ ਆਰਡਰ ਕਰਤੇ ਸੀਗੇ, ਕਹਿੰਦੇ ਸਿੱਧਾ ਉਹਦਾ ਨਾਮ ਲੈ ਦੇਵੇ ਅਕਾਲੀ ਦਲ ਉੱਥੇ ਗਵਾਹੀ ਦੇ ਦੇ ਜਾ ਕੇ ਅਕਾਲੀ ਬੀਜੇਪੀ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਉਸ ਵੇਲੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਨਵੋਲਵ ਰਿਹਾ। ਭੋਗਲ ਸਾਹਿਬ ਇਹ ਵਾਇਬਲ ਹੈ ਜਾਂ ਇਹ ਸਿਰਫ ਗੱਲਾਂ ਹੀ ਹੈ? ਕੇਪੀ ਜੀ ਇਹ ਗੱਲਾਂ ਹੀ ਨੇ। ਸੁਮੇਧ ਸਿੰਘ ਸੈਣੀ ਨੂੰ ਜਦੋਂ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਵੇਲੇ ਵੀ ਉਹਨਾਂ ਨੂੰ DGDP ਦੇ ਪਦ ਤੋਂ ਹਟਾਇਆ ਸੀ, ਤਾਂ ਉਹਨਾਂ ਨੇ ਉਹ ਬੜੇ ਧੁਰੰਧਰ ਆਫਿਸਰ ਰਹੇ ਨੇ, ਉਹਨਾਂ ਦਾ ਰੈਪੂਟੇਸ਼ਨ ਬੜਾ ਅਜੀਬੋ ਗਰੀਬ ਕਿਸਮ ਦਾ ਹੈਗਾ। ਉਹਨਾਂ ਨੇ ਇੱਥੋਂ ਤੱਕ ਵੀ ਹਿੰਟ ਦੇ ਦਿੱਤਾ ਸੀਗਾ ਕਿ ਜੇ ਜ਼ਿਆਦਾ ਕੁਛ ਕੀਤਾ ਗਿਆ
ਤੇ ਮੈਂ ਜੋ ਚੀਫ ਮਿਨਿਸਟਰ ਨਾਲ ਜੋ ਮੇਰੀ ਗੱਲਬਾਤ ਹੋਈ ਮੈਂ ਉਹ ਵੀ ਜਨਤਕ ਕਰ ਦੂੰਗਾ। ਬਹੁਤ ਕੁਛ ਜਿਹੜਾ ਹੈਗਾ ਉਹ ਜਿਹੜੀਆਂ ਹੈ ਕਾਲੀਆਂ ਭੇਡਾਂ ਇਹਦੇ ਵਿੱਚ ਹੈਗੀਆਂ ਅਕਾਲੀ ਦਲ ਚ ਵੀ ਔਰ ਕਾਂਗਰਸ ਦੇ ਵਿੱਚ ਵੀ। ਅਕਾਲੀ ਦਲ ਦੇ ਹੁਣ ਇਸ ਵੇਲੇ ਜੋ ਮਰਜ਼ੀ ਕਹਿਣ, ਲੇਕਿਨ ਉਹ ਸਾਰਾ ਜਿਹੜਾ ਇਹ ਐਪੀਸੋਡ ਹੋਇਆ, ਜਿਹੜਾ ਉਹ ਸਾਧ ਵਾਲਾ ਵੀ ਹੋਇਆ ਸਾਰਾ, ਉੱਥੇ ਅਕਾਲੀ ਦਲ ਦਾ ਰੋਲ ਸਾਰੀ ਜਨਤਾ ਨੂੰ ਪਤਾ ਹੈ। ਜਿਹੜਾ ਸਾਡਾ ਕਾਮਨ ਵਿਊਰ ਦੇਖ ਰਿਹਾ ਉਹਨੂੰ ਪਤਾ ਹੈਗਾ ਕਿ ਇਹ ਸਾਰਾ ਇਸ਼ੂ ਪੋਲੀਟੀਸਾਈਜ਼ ਕੀਤਾ ਜਾ ਰਿਹਾ, ਇਹਦੇ 'ਚ ਅਕਾਲੀ ਵੀ ਉਨੇ ਹੀ ਦੋਸ਼ੀ ਨੇ, ਔਰ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਹੁਣ ਜੋ ਸਾਰਾ ਕੁਛ ਹੋ ਰਿਹਾ ਹੈਗਾ, ਉਹਦੇ ਬਾਰੇ ਵੀ ਲੋਕਾਂ ਦੇ ਜਿਹੜੇ ਸਵਾਲ ਹੈ ਬੜੇ ਵਾਜਿਬ ਨੇ। ਸੋ ਲੋਕਾਂ ਨੂੰ ਅਸੀਂ ਬਹੁਤ ਜ਼ਿਆਦਾ ਇਹਦੇ 'ਤੇ ਜਿਹੜਾ ਹੈ ਉਹ ਭੰਬਲ ਭੂਸੇ 'ਚ ਨਹੀਂ ਪਾ ਸਕਦੇ, ਉਹਨਾਂ ਨੂੰ ਬੜੀ ਕਲੈਰਿਟੀ ਇਸ ਮਾਮਲੇ ਦੇ ਵਿੱਚ ਹੋ ਰਹੀ ਹੈ। ਅਸੀਂ ਕਲੀਅਰ, ਤੁਸੀਂ ਵਕੀਲ ਹੋ ਸਰ, ਮੈਂ ਇਹੀ ਸਵਾਲ ਤੁਹਾਨੂੰ ਕਰ ਰਿਹਾ ਸਰ, ਤੁਸੀਂ ਸਮੇਤ ਸਿੰਘ ਸੈਣੀ ਦੇ ਖਿਲਾਫ ਸਰ ਕੋਰਟ ਵਿੱਚ ਜਾ ਸਕਦੇ ਹੋ ਪਾਰਟੀ ਬਣ ਕੇ? ਕੇਪੀ ਜੀ ਮੈਂ ਦੇਖੋ ਦੋ ਚੀਜ਼ਾਂ ਪਹਿਲਾਂ ਕਲੀਅਰ ਕਰਦੇ ਆਂ, ਹੁਣੀ ਬਲੀਆਵਾਲਾ ਸਾਹਿਬ ਸਰ ਨਹੀਂ ਨਹੀਂ ਸਰ ਮੇਰਾ ਸਵਾਲ, ਮੇਰੇ ਸਵਾਲ ਦਾ ਜਵਾਬ ਦੇ ਦਿਓ ਕਲੀਅਰ ਸਾਹਿਬ। ਉਹ ਸਰ ਉਹਦਾ ਲੋਕਾਂ ਦਾ ਸਵਾਲ ਆ ਸਰ, ਜਿਹੜਾ ਦੇਖਦੇ ਪਏ ਉਹਨਾਂ ਦਾ ਸਵਾਲ ਆ ਸਰ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਇਹ ਮੰਗ ਅੱਜ ਦਾ ਨਹੀਂ ਪਿਛਲੇ 3-4 ਸਾਲਾਂ ਤੋਂ ਲਗਾਤਾਰ ਕਰ ਰਿਹਾ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਨੂੰ ਇਹਦੀ ਇਨਕੁਆਇਰੀ ਸੌਂਪੋ। ਕਲੀਅਰ ਸਾਹਿਬ ਮੇਰਾ ਸਵਾਲ ਹੋ ਰਿਹਾ, ਕਲੀਅਰ ਸਾਹਿਬ, ਕਲੀਅਰ ਸਾਹਿਬ ਮੇਰਾ ਸਵਾਲ ਹੋ ਰਿਹਾ ਸਰ, ਇਦਾਂ ਨਾ ਕਰੋ, ਤੁਸੀਂ ਨਾ ਜਵਾਬ ਦਿਓ, ਤੁਸੀਂ ਕਹੋ ਮੇਰਾ ਮੈਨੂੰ ਸਵਾਲ ਪਸੰਦ ਨਹੀਂ, ਗੱਲ ਖਤਮ ਹੋ ਗਈ ਸਰ, ਆਪਾਂ ਗੋਲ ਮੋਲ ਨਾ ਕਰੀਏ ਸਰ। ਮੈਂ ਸਰ ਸਵਾਲ ਬੜਾ ਸਧਾਰਨ ਕਰ ਰਿਹਾ ਕਲੀਅਰ ਸਾਹਿਬ। ਨਹੀਂ ਨਹੀਂ, ਇਹ ਸਧਾਰਨ ਸਵਾਲ ਨਹੀਂ, ਇਹ ਸਧਾਰਨ ਸਵਾਲ ਨਹੀਂ, ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਵੀ ਅਸਲ ਦੋਸ਼ੀ ਹੈ ਉਹਨੂੰ ਫੜੋ ਔਰ ਅੰਦਰ ਕਰੋ। ਔਰ ਦੋ ਦੂਜੀ ਗੱਲ ਹੈ, ਮੈਂ ਬੜੀ ਕਲੀਅਰ ਕਰਦੇ ਹਾਂ, ਇੱਕ ਮਿੰਟ ਮੈਂ ਕਲੀਅਰ ਕਰਦੇ ਹਾਂ, ਇਹ ਨਾ ਦੋ ਘਟਨਾਵਾਂ ਨੂੰ ਬਹੁਤ ਆਪਸ ਚ ਮਿੰਗਲ ਅਪ ਕਰਦੇ ਨੇ। ਕੋਟ ਕਪੂਰਾ ਦੇ ਵਿੱਚ ਇੱਕ ਵੀ ਬੰਦੇ ਦੀ ਡੈਥ ਨਹੀਂ ਹੋਈ, ਕੋਟ ਕਪੂਰਾ ਦੇ ਵਿੱਚ ਜਥੇਬੰਦੀਆਂ ਦੇ ਤੇ ਪੁਲਿਸ ਦੇ ਵਿੱਚ ਕਲੈਸ਼ ਹੋਇਆ, ਇਹ ਬਹਿਬਲ ਕਲਾਂ ਦਾ ਇੰਸੀਡੈਂਟ ਹੈ, ਮੰਦਭਾਗਾ ਜਿੱਥੇ ਦਾ ਵੀ ਹੈਗਾ, ਔਰ ਉੱਥੇ ਚਰਨਜੀਤ ਸ਼ਰਮਾ ਤੇ ਬਾਈ ਨੇ FIR ਦਰਜ ਕੀਤੀ। ਚਰਨਜੀਤ ਸ਼ਰਮਾ ਤੇ ਬਾਈ ਸਵਾਲ ਸਧਾਰਨ ਕਰ ਲਿਆ ਕਲੀਅਰ ਸਾਹਿਬ, ਕਲੀਅਰ ਸਾਹਿਬ ਤੁਸੀਂ ਕਹਿਣਾ ਫੇਰ ਇਨਵੈਸਟੀਗੇਸ਼ਨ ਕਰੋ ਜਿਹੜਾ ਬੰਦਾ ਦੋਸ਼ੀ ਹੈ। ਮੈਂ ਇੱਕ ਗੱਲ ਕਲੀਅਰ ਸਾਹਿਬ, ਆਪਣਾ ਕੇਪੀ ਜੀ ਕਲੀਅਰ ਸਾਹਿਬ ਤੋਂ ਇੱਕ ਗੱਲ ਪੁੱਛੋਗੇ, ਉਸ ਵੇਲੇ ਪੁਲਿਸ ਪਾਰਟੀ ਨੂੰ ਲੀਡ ਕੌਣ ਕਰਦਾ ਸੀ? ਸਰਕਾਰ ਇਹਨਾਂ ਦੀ ਸੀਗੀ, ਦੱਸ ਦਿੰਦੇ ਨਹੀਂ, ਉਹ ਤਾਂ ਦੋਸ਼ੀ ਸੀਗਾ ਨਾ ਕੋਟਕਪੂਰਾ। ਕੋਟਕਪੂਰਾ ਵਾਲੀ FIR ਦੀ ਗੱਲ ਪੁੱਛ ਰਿਹਾ ਮੈਂ ਤੁਹਾਨੂੰ, ਕੋਟਕਪੂਰਾ FIR। ਕੋਟਪੁਰਾ ਗੋਲੀਕਾਂਡ ਦੇ ਵਿੱਚ ਕੌਣ ਅਗਵਾਈ ਕਰ ਰਿਹਾ ਸੀਗਾ ਪੁਲਿਸ ਪਾਰਟੀ ਨੂੰ? ਕੇਪੀ ਜੀ, ਕੋਟਕਪੂਰਾ ਔਰ ਬਹਿਬਲ ਕਲਾਂ ਇਹ ਦੋਨੋਂ ਜਗ੍ਹਾ ਤੇ ਉਸ ਟਾਈਮ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀਗੀ। ਔਰ ਜਿਹੜੀ ਇਹ ਗੱਲ ਹੁੰਦੀ ਹੈ ਨਾ 5 ਜ਼ਿਲ੍ਹਿਆਂ ਦੀ ਪੁਲਿਸ ਹੈ, ਅਕਾਲੀ ਦਲ ਜਾਂ ਅਕਾਲੀ ਬੀਜੇਪੀ ਦਾ ਕੋਈ ਨੁਮਾਇੰਦਾ ਪਾਰਟੀ ਬਣ ਕੇ ਸੁਮੇਧ ਸਿੰਘ ਸੈਣੀ ਦੇ ਖਿਲਾਫ ਕੋਰਟ ਵਿੱਚ ਜਾ ਸਕਦਾ ਹੈ ਜੇ ਤੁਹਾਨੂੰ ਲੱਗਦਾ ਕਿ DGP ਨੇ ਆਪਦੇ ਹੁਕਮ ਵਰਤੇ ਸਾਡੀ ਨਹੀਂ ਸੁਣੀ? ਸ਼੍ਰੋਮਣੀ ਅਕਾਲੀ ਦਲ ਅੱਜ ਵੀ ਇਹ ਮੰਗ ਕਰਦਾ ਜੀ ਕਿ ਸਿਟਿੰਗ ਜੱਜ ਤੋਂ ਇਹਦੀ ਇਨਕੁਆਇਰੀ ਹੋਵੇ। ਮੇਰੇ ਸਵਾਲ ਦਾ ਜਵਾਬ ਨਹੀਂ ਹੈਗਾ, ਮੇਰੇ ਸਵਾਲ ਦਾ ਜਵਾਬ ਨਹੀਂ ਹੈਗਾ, ਕਲੀਅਰ ਸਾਹਿਬ ਮੈਂ 3 ਵਾਰੀ ਸਵਾਲ ਕਰ ਰਿਹਾ ਸਰ। ਇਹ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਕਰਨ ਵਾਲੇ 4.5 ਸਾਲ ਤੋਂ ਪਾਵਰ ਚ ਬੈਠੇ ਨੇ, ਅਗਰ ਕੋਈ ਦੋਸ਼ੀ ਹੈ ਤਾਂ ਇਹਨੇ ਫੜ ਕੇ ਹੁਣ ਤੱਕ ਅੰਦਰ ਕਿਉਂ ਨਹੀਂ ਦਿੱਤਾ ਇਹ ਜਵਾਬ ਦੇਣ? ਔਰ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ, ਉਹ ਚਲੇ ਜਾਣ ਰਾਸ਼ਟਰਪਤੀ ਕੋਲੇ, ਪ੍ਰਧਾਨ ਮੰਤਰੀ ਕੋਲੇ, ਹੋਮ ਮਿਨਿਸਟਰ ਕੋਲੇ ਫੜ ਕੇ ਕਰ ਦੇਣ ਅੰਦਰ ਮੁੱਖ ਮੰਤਰੀ ਨੇ। ਠੀਕ ਹੈ, ਬਣਾਵਾਲ ਜੀ ਲਾਸਟ ਪੁਆਇੰਟ, ਬਣਾਵਾਲ ਜੀ ਲਾਸਟ ਪੁਆਇੰਟ, ਠੀਕ ਹੈ ਕਲੀਅਰ ਸਾਹਿਬ, ਕਲੀਅਰ ਸਾਹਿਬ ਆਪਣੇ ਵਕਤ ਨਹੀਂ ਹੈ, ਵਕਤ ਨਹੀਂ ਹੈ ਸਰ, ਵਕਤ ਨਹੀਂ ਹੈ, ਕਲੀਅਰ ਸਾਹਿਬ ਵਕਤ ਨਹੀਂ ਹੈ। ਹਾਂ ਬਣਾਵਾਲ ਜੀ ਬੋਲੋ। ਕੇਪੀ ਜੀ, ਜਿਵੇਂ ਮੇਰੇ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਗਾ ਕਿ ਸੈਣੀ ਵਾਲੇ ਕਿਵੇਂ ਉਂਗਲ ਕਰ ਦੇਣਗੇ, ਕਿਉਂਕਿ ਸੈਣੀ ਨੇ ਤਾਂ ਜਿੱਦਾਂ ਇਹਨਾਂ ਨੂੰ DGP ਤੋਂ ਲਾਇਆ ਸੀ ਉਸੇ ਦਿਨ ਹੀ ਕਹਿਤਾ ਸੀ ਜੇ ਮੈਂ ਇਹਦੇ ਨੂੰ ਟਾਰਗੇਟ ਕੀਤਾ ਜਾ ਰਿਹਾ, ਜੇ ਮੈਨੂੰ ਮੈਨੂੰ ਟਾਰਗੇਟ ਕੀਤਾ ਗਿਆ, ਜਿਹੜੀ ਮੈਂ ਅੰਦਰਲੀ ਗੱਲ ਹੋਈ ਹੈ ਸਾਰੀ ਦੱਸ ਦੂੰਗਾ। ਜੇ ਆਲਰੇਡੀ TV ਦੇ ਉੱਤੇ ਕਹਿ ਚੁੱਕੇ ਹੈ ਜੀ, ਸੈਣੀ ਦਾ ਬਿਆਨ TV ਦੇ ਉੱਤੇ ਹੈ, ਤੁਸੀਂ ਸ਼ਾਇਦ ਸੁਣਿਆ ਨਹੀਂ ਹੋਣਾ, ਸੈਣੀ ਦਾ ਬਿਆਨ TV ਦੇ ਉੱਤੇ ਪਿਆ, ਜਦੋਂ ਮਰਜ਼ੀ ਦੇਖ ਲਿਓ ਉਹਨੂੰ। ਸੈਣੀ ਨੇ ਇਹ ਗੱਲ ਕਹੀ ਆ ਕਿ ਮੈਨੂੰ ਕਿਸੇ ਨੇ ਕੋਈ ਆਰਡਰ ਨਹੀਂ ਦਿੱਤਾ, ਨਾ ਮੇਰੀ ਬਾਦਲ ਸਾਹਿਬ ਨਾਲ ਇਸ ਵਿਸ਼ੇ ਤੇ ਕੋਈ ਗੱਲ ਹੋਈ ਹੈ, ਲਾਅ ਐਂਡ ਆਰਡਰ ਸਿਚੁਏਸ਼ਨ ਦੇ ਉੱਤੇ ਗੱਲ ਹੋਈ ਹੈ, ਇਸ ਤੋਂ ਵੱਧ ਕੇ ਕੁਛ ਨਹੀਂ। ਤਾਂ ਸੈਣੀ ਦਾ ਬਿਆਨ TV ਦੇ ਉੱਤੇ ਹੀ ਪਿਆ। ਸਪਸ਼ਟ ਪ੍ਰਸ਼ਨ ਆਵੇ, ਮੇਰਾ ਆਰਡਰ ਕਿਹਨੇ ਦਿੱਤਾ? ਸੈਣੀ ਨੇ ਨਹੀਂ ਦਿੱਤਾ, ਉਮਰਾਂ ਨੰਗਲ ਨੇ ਦਿੱਤਾ, ਜਾਂ ਚਰਨਜੀਤ ਸ਼ਰਮਾ ਨੇ? ਤੁਸੀਂ ਇਹ ਗੱਲ ਸਪਸ਼ਟ ਕਿਉਂ ਨਹੀਂ ਕਰਦੇ? ਫਿਰ ਉਹੀ ਤਾਂ ਜਾਂਚ ਦਾ ਵਿਸ਼ਾ, ਉਹੀ ਤਾਂ ਜਾਂਚ ਕਰ ਰਹੀ ਹੈ 4.5 ਸਾਲ ਤੋਂ ਇਹ। ਠੀਕ ਹੈ, ਇਹ ਵਿਸ਼ਾ ਕਾਂਗਰਸ ਤੋਂ ਪੁੱਛਦੇ ਆ ਵੀ ਦੱਸੋ ਜਿਹੜੇ ਦੋਸ਼ੀ ਆ। ਠੀਕ ਠੀਕ ਹੈ ਕਲੀਅਰ ਸਾਹਿਬ, ਬਣਾਵਾ ਜੀ, ਠੀਕ ਹੈ, ਠੀਕ ਠੀਕ ਹੈ, ਠੀਕ ਠੀਕ। ਪੋਗਲ ਸਾਹਿਬ, ਪੋਗਲ ਸਾਹਿਬ, ਪੋਲਿਟਿਕਸ ਇਸ ਪੂਰੇ ਮਾਮਲੇ 'ਚ ਘਿਰੀ ਹੋਈ ਹੈ ਜਾਂ ਸਿਰਫ ਪੁਲਿਸ ਘਿਰੀ ਹੋਈ ਹੈ ਜਾਂ ਪੁਲਿਸ ਦੇ ਨਾਲ ਪੋਲਿਟਿਕਸ ਘਿਰ ਗਈ ਹੈ? ਪੋਗਲ ਸਾਹਿਬ ਨਿਤਾਰਾ ਕਰ ਦਿਓ ਸਰ, ਆਪਾਂ ਡਿਬੇਟ ਖਤਮ ਕਰੀਏ, ਕਿਉਂਕਿ ਮਸਲਾ ਤਾਂ ਕੁਰਸੀ 'ਤੇ ਫਿਰ ਆ ਕੇ। ਦੁੱਖ ਦੀ ਗੱਲ ਇਹ ਹੈ KP ਜੀ ਕਿ ਪੁਲਿਸ ਇਸ ਪੋਲਿਟਿਕਸ ਦਾ ਹਿੱਸਾ ਬਣੀ ਹੋਈ ਹੈ।
ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ। ਪੁਲਿਸ ਦਾ ਤਾਂ ਸਤਿਆਨਾਸ ਕੀਤਾ ਜਾ ਚੁੱਕਾ ਹੈਗਾ, ਪੁਲਿਸ ਤਾਂ ਜਿਹੜੀ ਹੈਗੀ ਇੱਕ ਹੱਥ ਠੋਕਾ ਬਣੀ ਹੋਈ ਹੈ, ਚਾਹੇ ਉਹ ਅਕਾਲੀ ਸਰਕਾਰ ਹੋਵੇ ਤਾਂ ਉਦੋਂ ਅਕਾਲੀਆਂ ਦੀ ਹੋ ਜਾਂਦੀ ਹੈ, ਜਦੋਂ ਕਾਂਗਰਸ ਹੋਵੇ ਕਾਂਗਰਸ ਹੋ ਜਾਂਦੀ ਹੈ। ਇਹ ਸਾਰੀ ਖੇਡ ਦੇ ਵਿੱਚ DGP ਤੋਂ ਲੈ ਕੇ ਥੱਲੇ ਤੱਕ ਜਿਹੜਾ ਹੈਗਾ ਇਹ ਸਾਰਾ ਤੰਤਰ ਜਿਹੜਾ ਹੈਗਾ ਇਹ ਸੈਬੋਟੈਜ ਕੀਤਾ ਗਿਆ। ਤੋ ਪੁਲਿਸ ਤੋਂ ਤਾਂ ਕੋਈ ਨਹੀਂ, ਬੇਸਿਕਲੀ ਪੋਲੀਟਿਕਸ ਜਿਹੜੀ ਉਹ ਹਾਵੀ ਹੋਈ ਹੋਈ ਹੈ, ਚਾਹੇ ਧਰਮ ਹੈ ਜੋ ਮਰਜ਼ੀ ਹੈ, ਪੋਲੀਟਿਕਸ ਇਜ਼ ਰੂਲਿੰਗ ਦਾ ਰੂਸਟ, ਔਰ ਉਸ ਕਰਕੇ ਸਾਰਾ ਚੀਜ਼ ਜਿਹੜੀ ਹੈਗੀ ਉਹ ਗੰਧਲੀ ਹੋ ਚੁੱਕੀ ਹੈਗੀ ਹੈ। ਅਸੀਂ ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀਆਂ ਕਰ ਰਹੇ ਹਾਂ, ਉਸ ਮਾਮਲੇ ਸਾਡੇ ਲੋਕ ਸਾਡੇ ਜਿਹੜੇ ਰੀਅਲ ਇਸ਼ੂਜ਼ ਆ ਦੱਬੇ ਜਾ ਰਹੇ ਹੈ, ਸਟੇਟ ਦਾ ਸਤਿਆਨਾਸ਼ ਹੋ ਰਿਹਾ, ਦੇਸ਼ ਦਾ ਸਤਿਆਨਾਸ਼ ਹੋ ਰਿਹਾ, ਲੇਕਿਨ ਅਸੀਂ ਸਬਕ ਨਹੀਂ ਸਿੱਖਣਾ ਚਾਹੁੰਦੇ, ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀ ਕਰਦੇ ਰਵਾਂਗੇ। ਭੁਗਲ ਸਾਹਿਬ, ਲਾਸਟ ਦੋ ਸਵਾਲ, ਸਿੱਧੂ ਸਾਹਿਬ ਕਾਂਗਰਸ ਛੱਡਣਾ ਤਾਂ ਨਹੀਂ ਚਾਹ ਰਹੇ? ਮੇਰੀ ਆਪਣੀ ਅਸੈਸਮੈਂਟ ਹੈ ਕਿ ਉਹ ਕਾਂਗਰਸ ਨਹੀਂ ਛੱਡਣਗੇ, ਕਾਂਗਰਸ ਦੇ ਵਿੱਚ ਰਹਿ ਕੇ ਹੀ ਜਿਹੜਾ ਹੈਗਾ ਉਹ ਆਪਣੀ ਜਦੋਂ ਜਾਇ ਲੜਾਈ। ਸਿੱਧੂ ਸਾਹਿਬ ਗ੍ਰਹਿ ਮੰਤਰੀ ਬਣਨਾ ਚਾਹੁੰਦੇ ਆ? ਨਹੀਂ, ਹੁਣ ਗ੍ਰਹਿ ਮੰਤਰੀ ਕਿਉਂ ਬਣਨਗੇ, ਉਹ ਇਲੈਕਸ਼ਨ ਲੜ ਕੇ ਮੁੱਖ ਮੰਤਰੀ ਕਿਉਂ ਨਾ ਬਣਨਗੇ? ਮੇਰਾ ਤਾਂ ਖਿਆਲ ਇਹ ਹੈ। ਉਹ ਨਹੀਂ, ਪਹਿਲਾਂ ਡਿਪਟੀ ਗੱਲ ਚੱਲੀ ਸੀ ਨਾ, ਮੈਂ ਤਾਂ ਪੁੱਛ ਰਿਹਾ। ਹਾਂ ਨਹੀਂ, ਡਿਪਟੀ ਸੀ ਉਸ ਚੀਜ਼ ਪੁਰਾਣੀ ਹੋ ਗਈ, ਜਾਂ ਤਾਂ ਉਸ ਵੇਲੇ ਹੋ ਜਾਂਦੀ ਹੋ ਜਾਂਦੀ। ਜੋ ਮੇਰੇ ਜਾਂ ਮੇਰੀ ਅਸੈਸਮੈਂਟ ਹੈ, ਜੋ ਮੇਰੀ ਇਨਪੁਟਸ ਹੈ, ਉਹਦੇ ਮੁਤਾਬਕ ਸਿੱਧੂ ਹੁਣ ਸਿੱਧੇ ਦੇ ਸਿੱਧੇ ਕੈਪਟਨ ਅਮਰਿੰਦਰ ਸਿੰਘ ਨਾਲ ਪਾਰਟੀ ਦੇ ਵਿੱਚ ਹੀ ਲੋਹਾ ਲੈਣਗੇ, ਔਰ ਅਗਲੇ ਇਲੈਕਸ਼ਨ ਤੋਂ ਪਹਿਲਾਂ ਕੁਛ ਨਾ ਕੁਛ ਏਦਾਂ ਦੀ ਡਿਵੈਲਪਮੈਂਟ ਹੋਏਗੀ ਕਿ ਉਹ ਉਹਨਾਂ ਨੂੰ ਪਾਰਟੀ ਦੇ ਵਿੱਚ ਜਿਹੜਾ ਹੈ ਪ੍ਰੋਮੀਨੈਂਟ ਸਥਾਨ ਦਿੱਤਾ ਜਾਵੇ, ਔਰ ਪਾਰਟੀ ਦੇ ਜੇ ਪਾਰਟੀ ਇਲੈਕਸ਼ਨ ਜਿੱਤਦੀ ਹੈ, ਜਿਹਦੇ ਕਿ ਮੈਂ ਰੂਲ ਆਊਟ ਨਹੀਂ ਕਰਦਾ, ਕਾਂਗਰਸ ਪਾਰਟੀ ਡਿਸਪਾਈਟ ਇਟਸ ਨੈਗੇਟਿਵ ਪਰਫਾਰਮੈਂਸ ਫਿਰ ਵੀ ਉਹਨਾਂ ਦੇ ਚਾਂਸਿਸ ਹੈ ਜੋ ਇੱਦਾਂ ਦੀ ਪੋਲੀਟੀਕਲ ਇਕੁਏਸ਼ਨ ਬਣੀ ਹੋਈ ਹੈ, ਤਾਂ ਸਿੱਧੂ ਇੱਕ ਦਾਅਵੇਦਾਰ ਹੈ ਭਾਵੀ ਮੁੱਖ ਮੰਤਰੀ ਦੇ, ਔਰ ਉਹਦੇ ਪੋਸੀਬਿਲਿਟੀ ਨੂੰ ਰੂਲ ਆਊਟ ਨਹੀਂ। ਮਿਸਟਰ ਸਿੱਧੂ ਪੰਥਕ ਲੀਡਰ ਬਣਨਾ ਚਾਹੁੰਦੇ ਆ? ਨਹੀਂ ਨਹੀਂ ਨਹੀਂ, ਨੋਟ ਐਟ ਆਲ। ਸਿੱਧੂ ਪੰਥਕ ਲੀਡਰ ਨਹੀਂ ਬਣ ਸਕਦੇ, ਲੇਕਿਨ ਇਹ ਠੀਕ ਹੈ ਕਿ ਕਰਤਾਰਪੁਰ ਕੋਰੀਡੋਰ ਕਰਕੇ ਉਹਨਾਂ ਦੇ ਪ੍ਰਤੀ ਹੱਜ ਵੀ ਜਿਹੜਾ ਹੈ ਸਿੱਖਾਂ ਦਾ, ਔਰ ਜਿਹੜੇ ਗੁਰੂ ਘਰ ਦੇ ਪ੍ਰੇਮੀ ਹੈ ਉਹਨਾਂ ਦਾ, ਉਹਨਾਂ ਪ੍ਰਤੀ ਸਤਿਕਾਰ ਹੈਗਾ, ਲੇਕਿਨ ਉਹ ਪੰਥਕ ਲੀਡਰ ਬਣ ਨਹੀਂ ਸਕਦੇ, ਨਾ ਉਹ ਬਣਨ ਦੀ ਇੱਛਾ ਵੀ ਨਹੀਂ ਰੱਖਦੇ। ਚਲੋ, ਬਹੁਤ ਧੰਨਵਾਦ ਭੁਗਲ ਸਾਹਿਬ ਤੁਹਾਡਾ, ਬਲੀਵਾਲ ਜੀ ਤੁਹਾਡਾ ਬਹੁਤ ਧੰਨਵਾਦ, ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਬਣਾਵਾਲੀ ਜੀ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਇਸ ਕਰਕੇ ਵੀ ਧੰਨਵਾਦ ਹੈ ਕਿ ਤੁਸੀਂ ਬਹੁਤ ਡਿਸਿਪਲਿਨਡ ਇਸ ਡਿਬੇਟ ਵਿੱਚ ਪਾਰਟੀਸਪੇਟ ਕੀਤਾ। ਅਕਸਰ ਜਦੋਂ ਇਹ ਡਿਬੇਟ ਹੁੰਦੀ ਹੈ ਤਾਂ ਪੋਲੀਟੀਸ਼ੀਅਨ ਹੈ, ਭੜਕਦੇ ਬਹੁਤ ਹੈ, ਐਂਕਰ ਤੋਂ ਵੀ ਭੜਕ ਜਾਂਦੇ ਆ। ਮੇਰੇ 'ਤੇ ਭੜਕਣਾ ਮੈਨੂੰ ਕੋਈ ਦਿੱਕਤ ਨਹੀਂ ਹੈ, ਪਰ ਤੁਹਾਨੂੰ ਸਮਝ ਨਹੀਂ ਆਉਂਦਾ ਗਾ। ਇਸ ਲਈ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਸ਼ੂ ਸਮਝ ਆਵੇ। ਇਸ਼ੂ ਮਿਲਦਾ ਤੁਹਾਨੂੰ ਪਹਿਲਾਂ ਵੀ ਬਹੁਤ ਸਮਝ ਹੈ, ਅਤੇ ਹੁਣ ਜ਼ਿਆਦਾ ਕੁਝ ਸਮਝ ਆ ਗਿਆ ਹੋਣਾ। ਪੁਲਿਸ ਅਤੇ ਪੋਲੀਟਿਕਸ ਅਤੇ ਇਸ ਸਭ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਅਤੇ ਬਿੱਟੂ ਕੀ ਚਾਹੁੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਕੋਈ ਫੀਲਡਿੰਗ ਤਾਂ ਨਹੀਂ ਸਜਾਈ ਜਾ ਰਹੀ 2022 ਦੇ ਲਈ? ਇਹੀ ਸਵਾਲ ਸੀਗਾ, ਅਤੇ ਇਸੇ ਸਵਾਲ ਦੇ ਵਿਚਾਲੇ ਡਿਬੇਟ ਤੁਹਾਡੇ ਸਾਹਮਣੇ ਹੈ। ਫੈਸਲਾ ਤੁਸੀਂ ਕਰ ਲਿਓ, ਕਿਉਂਕਿ ਵੋਟਾਂ ਵੀ ਤੁਸੀਂ ਪਾਉਣੀਆਂ। ਬਹੁਤ ਧੰਨਵਾਦ।